ARPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:28 ਹੋਏ ਨੇ ਜੀ। 12 ਅਕਤੂਬਰ ਦਾ ਦਿਨ ਆਵਦਾ 2021 ਦਾ ਮੰਗਲਵਾਰ ਹੈ। 2780-9653 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀ ਸੰਗੀਤ ਸੁਧ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਕੁਛ ਖਬਰਾਂ ਤੋਂ ਬਾਅਦ ਅੱਜ ਸ਼ਹੀਦਾਂ ਦੇ ਬਾਰੇ ਗੱਲਬਾਤ ਹੋਣੀ ਹੈ। ਕਿਸੇ ਵੀ ਤਹਿਰੀਕ ਚ ਕਿਸੇ ਵੀ ਸਮੇਂ ਭਾਈਚਾਰੇ ਤੋਂ ਕੌਮ ਤੋਂ ਦੇਸ਼ ਤੋਂ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕੌਮਾਂ ਭਾਈਚਾਰੇ ਜਾਂ ਦੇਸ਼ ਉਹਨਾਂ ਦੇ ਬਾਰੇ ਕੀ ਸੋਚਦੀਆਂ, ਕੀ ਯਾਦ ਰੱਖਦੀਆਂ, ਕੀ ਫਲਸਫਾ ਹੈ, ਕਿੰਨਾ ਕੁ ਯਾਦ ਰਹਿੰਦਾ, ਜਾਂ ਬਸ ਗੱਲ ਮੁੱਕ ਗਈ, ਉਹ ਆਪਣੀ ਜਿਹੜੀ ਲਿਖ ਕੇ ਆਏ ਨੇ ਉਹ ਉਸ ਤਰ੍ਹਾਂ ਹੀ ਪੂਰੀ ਕਰਕੇ ਤੁਰਦੇ ਨੇ, ਪਰ ਕੀ ਉਹਨਾਂ ਨੂੰ ਅਸੀਂ ਯਾਦ ਰੱਖਦੇ ਹਾਂ, ਯਾਦ ਰੱਖਦੇ ਹਾਂ ਤਾਂ ਕਿਵੇਂ ਰੱਖਦੇ ਹਾਂ, ਅੱਜ ਗੱਲਬਾਤ ਹੋਏਗੀ। ਪਿਛਲੇ ਦਿਨੀ ਕੌਮ ਦੇ ਮਹਾਨ ਸ਼ਹੀਦ ਸਰਦਾਰ ਹਰਜਿੰਦਰ ਸਿੰਘ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹੀਦੀ ਦਿਨ ਲੰਘ ਕੇ ਗਿਆ ਸ਼ਨਿਚਰਵਾਰ ਨੂੰ, ਤੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗਾ। ਤੇ ਹੁਣ ਸੰਘਰਸ਼ ਦੇ ਦੌਰਾਨ 47 ਤੋਂ ਬਾਅਦ ਨਕਸਲੀ ਘੋਲ ਦੇ ਦੌਰਾਨ ਵੀ ਸ਼ਹੀਦ ਹੋਏ, ਉਸ ਤੋਂ ਬਾਅਦ ਸਿੱਖ ਸੰਘਰਸ਼ ਵਿੱਚ ਬਹੁਤ ਸ਼ਹੀਦੀਆਂ ਹੋਈਆਂ। ਜ਼ਿੰਦਗੀ ਬਹੁਤ ਅਲੱਗ ਮੋੜ ਤੇ ਖੜਦੀ ਹੈ ਜਦ ਕੋਈ ਸਰਕਾਰਾਂ ਦੇ ਸਾਹਮਣੇ ਖੜਦਾ, ਜਬਰ ਦੇ ਸਾਹਮਣੇ ਖੜਦਾ, ਜਦ ਉਹ ਬਾਗੀ ਹੁੰਦਾ ਤਾਂ ਉਹਦੇ ਵਿੱਚ ਕੀ ਹੁੰਦਾ, ਇਸ ਤੇ ਗੱਲਬਾਤ ਕਰਨੀ ਹੈ। ਜਿੰਨੀ ਕੁ ਜਾਣਕਾਰੀ ਦੋਨਾਂ ਇਹਨਾਂ ਯੋਧਿਆਂ ਦੇ ਬਾਰੇ ਪਰਿਵਾਰ ਨੇ ਦਿੱਤੀ ਯੂਟਿਊਬ ਤੇ, ਇਹੋ ਜਿਹੇ ਜਿਗਰੇ ਸੀ, ਜੱਜ ਕੀ ਕਹਿੰਦਾ ਉਹ ਕੀ ਕਹਿੰਦੇ ਨੇ, ਵਜ਼ਨ ਕਿਵੇਂ ਵੱਧ ਗਏ, ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ 15-15 ਕਿਲੋ ਵਜ਼ਨ ਵੱਧ ਗਏ, ਕਮਾਲ ਦੀ ਕਹਾਣੀ ਹੈ। ਜਾਂ ਇਹਦੇ ਤੇ ਜਿਹੜੇ ਧਰਮ ਦਾ ਗੂੜ ਗਿਆਨ ਰੱਖਣ ਵਾਲੇ ਨੇ, ਰੱਬ ਦੇ ਨੇੜੇ ਜਿਹੜੀਆਂ ਰੂਹਾਂ ਨੇ, ਉਹ ਵੀ ਦੱਸਿਓ ਆ ਕੇ ਵੀ ਹੁੰਦਾ ਕਿਵੇਂ ਹੈ, ਇਹ ਕਹਾਣੀ ਕੀ ਹੋ ਜਾਂਦੀ ਹੈ। ਬੰਦਾ ਚੂੰਡੀ ਨਹੀਂ ਬਣਾਉਂਦਾ, ਮੌਤ ਦੇ ਤਖਤੇ ਵੱਲ ਨੂੰ ਤੁਰਦੀਆਂ ਇਹ ਰੂਹਾਂ ਤਕੜੀਆਂ ਕਿਵੇਂ ਹੁੰਦੀਆਂ, ਕਿਸ ਤਰ੍ਹਾਂ ਉੱਠਦੀਆਂ ਨੇ, ਦਹੀਂ ਖਾਂਦੀਆਂ, ਸੇਬ ਖਾਂਦੀਆਂ, ਤਿਆਰੀ ਕਰਦੀਆਂ, ਕਮਰ ਕੱਸੇ ਬੰਨਦੀਆਂ ਤੇ ਬੂੰਦੀ ਕੱਢ ਕੇ ਲੱਡੂ ਵੰਡੇ ਜਾਂਦੇ ਜੇਲ੍ਹ ਦੇ ਵਿੱਚ, ਵਾਰਡਨ ਰੋਂਦਾ ਜੇਲ੍ਹ ਦਾ, ਤੇ ਉਸ ਤੋਂ ਬਾਅਦ ਜੱਜ ਰੋਂਦਾ ਜਿਹਨੇ ਸਜ਼ਾ ਬੋਲੀ, ਕਮਾਲ ਹੈ। ਅੱਜ ਗੱਲਬਾਤ ਇਹਨਾਂ ਯੋਧਿਆਂ ਦੀ ਹੋਏਗੀ ਤੇ ਸ਼ਹੀਦਾਂ ਦੀ ਬਾਕੀ ਵੀ ਹੋਏਗੀ, ਤੇ ਫਲਸਫੇ ਕੀ ਹੁੰਦੇ ਨੇ, ਜਾਨਾਂ ਮਾਰਨ ਵਾਲੇ ਕੀ ਕਰਦੇ ਆ, ਤੇ ਬਾਅਦ ਚ ਜਿਹੜੀ ਕੁਬਕ ਹੈ ਉਹ ਕੀ ਕਰਦੀ। 600-1144-1550-1450-1454-2471-5500 ਆਨ ਏਅਰ ਨੰਬਰ ਹੈ। ਨਾੜਾ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ ਦਾ, ਨਾੜਾ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ ਦਾ, ਧਰਤੀ ਦੀ ਇੱਕੋ ਮੰਗ ਹੈ ਹੱਥ ਫੜਨਾ ਹੈ ਅਸਮਾਨ ਦਾ, ਕੋਇਲਾਂ ਦੇ ਬੋਲੀ ਵੈਣ ਨੇ ਮੋਰਾਂ ਦੇ ਅੱਖੀ ਖੂਨ ਹੈ, ਹੋਠਾਂ ਨੂੰ ਵੱਲ ਹੈ ਭੁੱਲਿਆ ਸਾਜ਼ਾਂ ਤੇ ਨਗਮੇ ਗਾਣ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ ਦਾ। ਆ ਕੋਈ ਵਾਹ ਕੇ ਤੁਰ ਗਿਆ ਲੇਖਾਂ ਦੀਆਂ ਲੀਕਾਂ ਪੁੱਠੀਆਂ, ਚੱਲ ਖੋਪੜਾਂ ਵਿੱਚ ਛੇੜੀਏ ਹੁਣ ਯੁੱਧ ਕੋਈ ਘਮਸਾਨ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾ। ਸਿਜਦੇ ਚ ਜੋ ਸੀ ਝੁੱਕ ਗਈਆਂ, ਉਹ ਸੋਚਾਂ ਕਿਸਨੇ ਬਦਲੀਆਂ, ਜਜ਼ਬੇ ਗਵਾਚੇ ਲੱਭੀਏ ਮਸਲਾ ਹੈ ਪਹਿਚਾਣ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ ਦਾ। ਸਮਿਆਂ ਦੇ ਵੇਗ ਨੂੰ ਪੁਰਖਿਆ ਕੁੱਛੜਾਂ ਵਿੱਚ ਲੈ ਕੇ ਰੱਖਿਆ, ਜੋ ਬੁੱਝਦੀਆਂ ਨੂੰ ਬਾਲਦਾ ਕੋਈ ਹੈ ਮਸ਼ਾਲਾ ਹਾਣ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ। ਨਿਕਲੇ ਸੀ ਜਿਹੜੇ ਘਰਾਂ ਚੋਂ ਲੈ ਸਿਰ ਤੇ ਲੋਈਆਂ ਕਾਲੀਆਂ, ਕੋਈ ਰਾਹ ਤਾਂ ਦੱਸੋ ਹਾਣੀਓ ਉਹਨਾਂ ਦੇ ਵਾਪਸ ਆਉਣ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ ਦਾ। ਵੱਜੀ ਹੈ ਸੁੱਚੀ ਹਾਕ ਇੱਕ ਉਹ ਦੂਰ ਪਹਾੜੀ ਉੱਪਰੋਂ, ਮੁੜ ਕੇ ਸਮਾਂ ਹੈ ਪਰਤਿਆ ਸਿਰਫ ਹੌਸਲੇ ਅਜਮਾਨ ਦਾ, ਨਾੜਾਂ ਵਿੱਚ ਜੰਮੇ ਰੱਤ ਨੂੰ ਅੱਜ ਵੇਲਾ ਹੈ ਪਗਲਾਣ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਮਾਂਗਟ, ਦੁਨੀਆਂ ਦੇ ਵਿੱਚ ਨਵੇਂ ਤਜਰਬੇ ਹੋ ਰਹੇ ਨੇ, ਨਵਾਂ ਕੁਝ ਜਿਹੜਾ ਹੈ ਉਹ ਖਾਸ ਤੌਰ ਤੇ ਹੈਲਥ ਕੇਅਰ ਦੇ ਵਿੱਚ, ਹੈਲਥ ਕੇਅਰ ਦੇ ਵਿੱਚ
ਨਵਾਂ ਕੀਰਤੀਮਾਨ ਜਿਹੜਾ ਟੋਰਾਂਟੋ ਵੈਸਟਰਨ ਹਸਪਤਾਲ ਤੋਂ ਲੈ ਕੇ ਟੋਰਾਂਟੋ ਜਨਰਲ ਹਸਪਤਾਲ ਤੱਕ ਤੇ ਇੱਕ ਅਜਿਹਾ ਕੰਮ ਅਜਿਹਾ ਕੀਰਤੀਮਾਨ ਸਥਾਪਿਤ ਹੋਇਆ ਤੇ ਡਰੋਨ ਨੇ ਸਤੰਬਰ 25 ਨੂੰ ਟੋਰਾਂਟੋ ਵੈਸਟਰਨ ਹਸਪਤਾਲ ਤੋਂ ਟੋਰਾਂਟੋ ਜਨਰਲ ਹਸਪਤਾਲ ਦੇ ਵਿੱਚ ਇੱਕ ਲੰਗਸ ਟਰਾਂਸਪਲਾਂਟ ਹੋਣੇ ਸੀ। ਬਹੁਤ ਮੁਕੱਦਰਾਂ ਦੀਆਂ ਕਹਾਣੀਆਂ ਨੇ। ਕਈ ਵਾਰ ਅਸੀਂ ਹੈਲਥ ਕੇਅਰ ਸਿਸਟਮ ਤੋਂ ਝੂਰਦੇ ਹਾਂ, ਬਹੁਤ ਝੂਰਦੇ ਹਾਂ, ਬਹੁਤ ਜ਼ਿਆਦਾ। ਇਹ ਤਾਂ ਕਰਦੇ ਹੀ ਕੱਖ ਨਹੀਂ, ਇੱਥੇ ਤਾਂ ਬੁਰਾ ਹਾਲ ਹੋ ਗਿਆ, ਡਾਕਟਰਾਂ ਦੇ ਕੋਲ ਕੁਛ ਨਹੀਂ, ਇਹ ਤਾਂ ਅੱਠ ਅੱਠ ਨੌ ਨੌ ਘੰਟੇ ਧੱਕੇ ਖਾਂਦੇ ਹਾਂ ਅਸੀਂ। ਪਰ ਜਿੱਥੇ ਪ੍ਰਾਇਓਰਿਟੀ ਤੇ ਤੁਹਾਡਾ ਨਾਂ ਆ ਜਾਵੇ ਨਾ, ਪਰਿਵਾਰ ਦੇ ਜੀ ਦੇ ਕੋਈ ਗੱਲ ਹੋ ਜਾਵੇ। ਇੱਕ ਪਿਛਲੇ ਮਹੀਨੇ ਆਪਣੇ ਰਿਸ਼ਤੇਦਾਰੀ ਐਡਮਿੰਟਨ ਤੋਂ 30 ਸਾਲ ਦੀ ਲੜਕੀ, ਉਹਦੀ ਬਾਡੀ ਦੇ ਵਿੱਚ 3 ਬੱਚੇ ਛੋਟੀ ਉਮਰ ਦੇ, ਉਹਦੀ ਬਾਡੀ ਦੇ ਵਿੱਚੋਂ ਕਾਪਰ ਜਿਹੜਾ, ਕਿਉਂਕਿ ਸਾਰੀਆਂ ਮੈਟਲਸ ਬਾਡੀ ਦੇ ਵਿੱਚ ਨੇ ਆਉਂਦੀਆਂ, ਤੇ ਕਾਪਰ ਜਿਹੜਾ ਡਿਸਪੋਜ ਆਫ ਬਾਡੀ ਨੇ ਨਾ ਕੀਤਾ, ਮਿਲੀਅਨ ਦੇ ਵਿੱਚੋਂ ਇੱਕ ਡਿਜ਼ੀਜ਼ ਆ ਉਹਦਾ ਨਾਂ ਹੈ ਕਾਪਰ ਜਿਹੜਾ, ਉਹ ਲਿਵਰ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ, ਲਿਵਰ ਦੀ ਫੰਕਸ਼ਨਿੰਗ ਬੰਦ ਹੋ ਗਈ, ਉਸ ਤੋਂ ਬਾਅਦ ਕਿਡਨੀਜ਼ ਡਾਊਨ ਹੋ ਗਈਆਂ, ਬਾਡੀ ਜਿਹੜੀ ਬਸ ਸਾਰੇ ਟੱਬਰ ਦੇ ਕੁਛ ਦਿਨਾਂ ਚ। ਕਈ ਵਾਰ ਅਸੀਂ ਗਲਤੀਆਂ ਕਰਦੇ ਹਾਂ, ਤੁਹਾਡੀ ਬਾਡੀ ਅਲਾਮਤਾਂ ਦਿੰਦੀ ਹੁੰਦੀ ਆ ਪਰ ਅਸੀਂ ਖਿਆਲ ਨਹੀਂ ਕਰਦੇ। ਹੁਣ ਯੰਗ ਲਾਈਫ ਦੇ ਵਿੱਚ ਪਾਣੀ ਭਰਨਾ ਸਰੀਰ ਦੇ ਵਿੱਚ, ਹਾਜ਼ਮ ਨਾ ਹੋਣਾ, ਇਹ ਹੋ ਗਿਆ, ਉਹ ਹੋ ਗਿਆ, ਲੋਕਲ ਪ੍ਰੈਕਟੀਸ਼ਨਰ ਕੋਲ ਜਾਇਆ ਏ, ਤੇ ਅਖੀਰ ਜਦ ਨੂੰ ਉਹਨਾਂ ਨੇ ਟੈਸਟ ਵਗੈਰਾ ਕੀਤੇ ਲਿਵਰ ਦੇ, ਬਾਇਓਪਸੀ ਕੀਤੀ, ਜਦ ਨੂੰ ਲੇਟ ਹੋ ਗਿਆ, ਫੇਰ ਚੱਕ ਲੋ ਹੋ ਗਈ, ਫੇਰ ਏਅਰ ਲਿਫਟ ਕੀਤੇ BGH ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਵੀ ਜਦ ਸਿਸਟਮ ਕਿਤੇ ਜਾਂ ਤੁਸੀਂ ਫਸਦੇ ਹੋ ਤੇ ਫਿਰ ਰੱਬ ਬਣ ਕੇ ਬੋੜਦੇ ਕੇ ਮੇਰੇ ਡਾਕਟਰ, ਠੀਕ ਹੈ, ਮੈਂ ਵੀ ਕ੍ਰਿਟਿਕ ਹਾਂ ਤੁਹਾਡੇ ਵਾਂਗੂ ਹੀ, ਜਦ ਮਿਲਦਾ ਨੀ ਤੇ ਹੁਣ ਐਂਬੂਲੈਂਸਾਂ 3-3 ਘੰਟੇ ਨੀ ਮਿਲਦੀਆਂ, ਪਰ ਜਦ ਐਂਬੂਲੈਂਸਾਂ ਬੰਦਾ ਚੱਕ ਕੇ ਲੈ ਗਈਆਂ ਤੇ ਫਿਰ ਜਿਹੜੇ ਚੂਕਣੇ ਨੇ ਉਹ ਕਿਵੇਂ ਸੈੱਟ ਕਰ ਦਿੰਦੇ ਆ ਮੈਟਲ ਦੇ, ਬੰਦੇ ਨੂੰ ਲੱਤਾਂ ਤੇ ਖੜਾ ਦਿੰਦੇ ਆ ਦੂਸਰੇ ਦਿਨ। ਇਹ ਚਿੱਟਿਆਂ ਕੋਟਾਂ ਦੇ ਵਿੱਚ ਰੱਬ ਵੀ ਫਿਰਦੇ ਆ ਤੁਹਾਡੇ ਆਲ ਦੁਆਲੇ, ਕਿਉਂਕਿ ਜਦ ਕਰੋਨਿਕ ਡਿਜ਼ੀਜ਼ ਚ ਜਾਂਦੇ ਆ ਫਿਰ ਪਤਾ ਲੱਗਦਾ ਸੇਵਾ ਕੀ। ਲਓ ਜੀ, ਸਾਰਾ ਪਰਿਵਾਰ ਇੱਥੇ ਇਕੱਠਾ ਹੋ ਗਿਆ, ਧਰਮ ਦੇ ਨੇੜੇ ਰਹਿਣ ਵਾਲੇ ਬਹੁਤ ਪਰਿਵਾਰ ਸੀ, ਉਹ ਕਹਿੰਦੇ ਵੀ ਜੇ ਵਧੀਆ ਤਾਂ ਕੋਈ ਲਿਜਾ ਨਹੀਂ ਸਕਦਾ, ਜੇ ਘੱਟ ਗਈ ਤਾਂ ਕੋਈ ਰੋਕ ਨਹੀਂ ਸਕਦਾ। ਛੋਟੀ ਹੁਣ ਉਹ ਦੇਖਦੇ ਆ, ਸਾਰਾ ਉਲੰਘਣ ਕਰਦੇ ਆ ਵੀ ਬੱਚੇ, ਮਾਂ ਹੈ 30 ਵਰਿਆਂ ਦੀ ਹੈ, 3 ਬੱਚੇ ਨੇ, ਇਹ ਕਿਹੋ ਪ੍ਰਾਇਓਰਟੀ ਤੇ ਪਾ ਦਿੱਤਾ। ਸੇਮ ਉਮਰ ਦਾ ਕਿਸੇ ਦਾ ਹਾਰਟ ਅਟੈਕ ਹੋ ਗਿਆ, ਡੈਰੀ ਉਹਦੇ ਵਿੱਚ ਸ਼ਾਇਦ ਦੱਸਿਆ, ਚੱਕ ਤਾਂ ਲਿਵਰ ਲਿਆ ਕੇ ਟਰਾਂਸਪਲੈਂਟ ਕਰਤਾ, ਦਿਨ 10 ਹੋਏ ਨੇ, ਖਾਣਾ ਪੀਣਾ ਵੀ ਸ਼ੁਰੂ ਆ, ਸਾਰਾ ਕੁਛ ਨਾਰਮਲ ਹੋ ਗਈ ਉਹ ਧੀ ਧਿਆਣੇ। ਮੈਂ ਹੈਰਾਨ ਹੋ ਗਿਆ ਵਾ ਯਾਰ, ਕੀ ਗੱਲ ਕੀ, ਉਹ ਕਹਿੰਦੇ ਵੀ 12 ਘੰਟੇ ਨੇ ਜਾਂ 24 ਘੰਟੇ ਨੇ, ਟੱਬਰ ਵੀ ਕਹਿਣ ਲੱਗ ਗਿਆ। ਪਰ ਜਦ ਵਧੀਆਂ ਹੋਈਆਂ ਨੇ ਕੌਣ ਰੋਕੂ, ਆਹ ਦੇਖੋ ਕੀ ਕੀਤਾ, 6 ਮਿੰਟ ਲੱਗੇ ਰਾਤ ਨੂੰ 1 ਵਜੇ ਟੋਰਾਂਟੋ ਵੈਸਟਰਨ ਹਾਸਪਿਟਲ ਦੇ ਵਿੱਚ ਕੋਈ ਮੌਤ ਹੋ ਗਈ, ਫੇਫੜੇ ਕੱਢ ਲਏ ਉਹਦੇ, ਕੱਢ ਕੇ ਤੇ ਡਰੋਨ ਰਾਹੀਂ 5 ਮਿੰਟਾਂ ਚ ਟੋਰਾਂਟੋ ਜਨਰਲ ਹਾਸਪਿਟਲ ਦੇ ਵਿੱਚ ਭੇਜਦੇ। ਅੱਛਾ, ਉਸ ਤੋਂ ਬਾਅਦ ਸਰਜਨ ਇਨ ਚੀਫ ਡਾਕਟਰ ਸ਼ੈਫ ਕੇਸ਼ਵ ਜੀ, ਮੇਲ ਇੰਜੀਨੀਅਰ ਸੀ, ਉਹ ਕਹਿੰਦਾ ਜਿਹੜਾ ਰੈਸੀਪੈਂਟ ਸੀ ਤੇ ਜਿਹੜਾ, ਉਹ ਕਹਿੰਦਾ ਮੇਰਾ ਇੰਟਰਸਟ ਆ ਬੰਦੇ ਨੇ, ਉਹਨੇ ਕਿਹਾ ਜਿਹਦਾ ਜਿਹਦਾ ਪੌਣੇ ਸੀ ਕਿ ਬਈ ਡਰੋਨ ਦੇ ਰਾਹੀਂ ਬਹੁਤ ਛੇਤੀ ਆ ਸਕ ਤੇ ਲੈ ਆਉਂਦੀਆਂ, ਲਿਆ ਕੇ ਔਰਗਨਸ ਹੁਣ ਕੋਰੀਅਰ ਜਿਹੜੇ ਨੇ ਔਰਗਨਸ, ਤੇ ਹੁਣ ਇਹ ਗੱਲਾਂ ਚੱਲਣੀਆਂ ਨੇ, ਮਤਲਬ ਕਿਉਂਕਿ ਬਹੁਤ ਐਫੀਸ਼ੀਐਂਟ ਤੇ ਬਹੁਤ ਜਲਦੀ ਆਉਣਾ ਚਾਹੀਦਾ, ਸੜਕ ਤੇ ਕੋਈ ਟ੍ਰੈਫਿਕ ਦੇ ਚੱਕਰ ਚ ਡਰੋਨ ਦੇ ਵਿੱਚ ਗੁਰਦੇ ਪਾ ਕੇ ਭੇਜਦੇ ਤੇ ਪਾਤੇ ਦੂਜੇ ਬੰਦੇ ਤੇ, 9x9 ਹੋ ਗਈ ਕਹਾਣੀ। ਤੇ ਹੁਣ ਸਮਾਂ ਕਿਹੋ ਜਿਹਾ ਆ ਰਿਹਾ ਅਗਲਾ, ਅੱਗਾ ਤੁਸੀਂ ਕਦੇ ਚਿਤਵਿਆ ਅੱਜ ਤੋਂ
20 ਬਰੇ ਪਹਿਲਾਂ 25 ਬਰੇ ਪਹਿਲਾਂ ਜਿਹੜਾ ਫੈਕਸ ਸ਼ੁਰੂ ਹੋਈ ਉਹ ਕਹਿੰਦਾ ਜ਼ੁਲਮ ਹੋ ਗਿਆ, ਇਧਰੋਂ ਮਸ਼ੀਨ ਚ ਪਾਤੀ ਜਰਰ ਜਰਰ ਕੇ, ਉਧਰ ਛੱਪ ਵੀ ਗਈ। ਹੋਰ ਕਹਿੰਦਾ ਆਦੇ ਤੈਨੂੰ ਰਿਪੋਰਟ ਕੱਢ ਕੇ ਦੇਣਾ, ਛੱਪ ਗਈ ਉਧਰ, ਗਈ ਲੰਘ ਗਈ, ਆਦੇ ਰਿਪੋਰਟ ਓਕੇ ਰਿਪੋਰਟ ਆ ਗਈ। ਤੇ ਉਹੀ ਜਿਹੜੀ ਉਹੀ ਗੱਲ ਕੇ ਤੁਹਾਡੇ ਸਾਹਮਣੇ ਹੁਣ ਕਿੱਥੇ ਆਪਾਂ ਖੜ ਗਏ ਆ ਕੇ ਫੇਰ, ਚਲੋ ਸੈੱਲ ਫੋਨ 30 ਬਰੇ ਪਹਿਲਾਂ 25 ਬਰੇ ਪਹਿਲਾਂ, ਉਹ ਤੋਂ ਬਾਅਦ ਹੁਣ ਕਿੱਥੇ ਆ ਕੇ ਗੱਲ ਖੜ ਗਈ ਵੀ ਹੁਣ ਤੁਸੀਂ ਹਰ ਰੋਜ਼ ਵੀਡੀਓ ਕਰਦੇ ਹੋ, ਪਰਿਵਾਰ ਦੇਖਦੇ ਹੋ, ਘਰ ਬਾਰ ਦੇਖਦੇ ਹੋ, ਘਰ ਚ ਉੱਥੇ ਕੈਮਰੇ ਲੱਗ ਗਏ, ਇੱਥੇ ਬੈਠੇ ਦੇਖਦੇ ਹੋ। ਤੇ ਅੱਗੇ ਜਿਹੜੀ ਗੱਲ ਹੋਣੀ ਹੈ ਉਹ ਇਹ ਹੋਣੀ ਹੈ ਕਿ ਸਾਡੇ ਹੁੰਦਿਆਂ ਹੁੰਦਿਆਂ ਹੀ 10-15 ਵਰ੍ਹਿਆਂ ਦੇ ਵਿੱਚ ਐਡਾ ਵੱਡਾ ਬਦਲਾਅ ਜਿਹੜਾ ਹੋਣਾ ਹੈ ਉਹ ਸਾਡੀ ਸੋਚ ਤੋਂ ਉੱਪਰ, ਬਸ ਇੱਕ ਬ੍ਰੇਨ ਜਿਹੜਾ ਹੈ, ਡਾਕਟਰ ਬਹੁਤ ਹੁਣ ਕੈਂਸਰ ਦਾ ਬਹੁਤ ਇਲਾਜ ਹੋਣ ਲੱਗ ਗਿਆ, ਉਹਨੇ ਬੰਦੇ ਨੀ ਕੈਂਸਰ ਚ ਮਰਨ ਦਿੱਤੇ। ਹੁਣ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਅੱਜ ਕੱਲ ਉਹ ਇਹ ਹੈ ਵੀ ਬ੍ਰੇਨ ਕਿਵੇਂ ਫੰਕਸ਼ਨ ਕਰਦਾ, ਬ੍ਰੇਨ ਦੇ ਵਿੱਚੋਂ ਕੀ ਹੋ ਜਾਂਦਾ, ਸਟ੍ਰੈਸ ਚ ਕਿਵੇਂ ਜਾਂਦਾ, ਐਂਗਜ਼ਾਇਟੀ ਕਿਵੇਂ ਹੁੰਦੀ ਹੈ, ਡਿਪਰੈਸ਼ਨ ਕੀ ਹੁੰਦਾ, ਉਹਨੂੰ ਬਸ ਲੱਭ ਰਹੇ ਨੇ। ਉਹੀ ਉਹਦਾ ਉਹ ਨੀ ਹੱਥ ਥੱਲੇ ਆ ਰਹੀ ਕਹਾਣੀ, ਬਾਕੀ ਤਾਂ ਲੈ ਕਰ ਲਿਆ ਸਭ ਕੁਝ ਹੱਥ ਥੱਲੇ ਕਰੀ ਜਾ ਰਿਹਾ। ਆ ਦੇਖੋ ਡਰੋਨ 5 ਮਿੰਟਾਂ ਚ ਡਿਲੀਵਰ ਕਰਦੇ, ਤੇ ਇਹ ਟੈਕਨੀਕਸ ਆ ਰਹੀਆਂ ਨੇ। ਆ ਵੱਡੀਆਂ ਕੋਰੀਅਰ ਕੰਪਨੀ ਦੀਆਂ ਡਰੋਨ ਡਿਲੀਵਰੀ ਸ਼ੁਰੂ ਹੋ ਜਾਣੀਆਂ ਨੇ, ਵੱਡੇ ਵੱਡੇ ਉਹਨਾਂ ਨੇ ਵੇਅਰ ਹਾਊਸ ਬਣਾ ਲੈਣੇ ਨੇ, ਤੇ ਹੁਣ ਜਿਹੜੀਆਂ ਵੈਨਾਂ ਨੇ ਉਹ ਖਤਮ ਹੋ ਜਾਣੀ ਹੈ ਕਹਾਣੀ। ਵੈਨ ਜਿਹੜੀ ਹੈ ਉਹ ਵੈਨ ਡਿਲੀਵਰੀ ਹੈ ਜਿਹੜੀ ਉਹਨੂੰ ਤੁਸੀਂ ਖਤਮ ਕਰ ਦਿੰਦੇ, ਦਰਾਂ ਮੂਹਰੇ ਡਰੋਨ ਉਤਰਿਆ ਕਰੂ ਘਰ ਦੇ ਵਿੱਚ, ਉਹਦਾ ਬਾਹਰ ਸੁੱਟ ਕੇ ਜਾਂਦਾ, ਦਰਾਂ ਚਲਾ ਜਾ। ਜਦ ਔਰਗਨਸ ਜਾ ਸਕਦੇ ਨੇ, ਪਾਰਸਲ ਲਿਆਉਣੇ ਕੀ ਔਖੇ। ਇੱਧਰ ਨੂੰ ਹੁਣ ਗੱਲ ਚੱਲੀ ਆ, ਖਬਰ ਬੜੀ ਹੈਰਾਨੀ ਦੀ ਖਬਰ ਹੈ ਕਿ ਡਰੋਨ ਨੇ ਲੰਗਸ ਜਿਹੜੇ ਨੇ ਟ੍ਰਾਂਸਪਲੈਂਟ ਲਈ ਡਿਲੀਵਰ ਕਰਤੇ ਟੋਰਾਂਟੋ ਦੇ ਵਿੱਚ। ਵਰਲਡ ਦੀ ਪਹਿਲੀ ਇਹ ਡਰੋਨ ਜਿਹੜੀ ਔਰਗਨ ਜਿਹੜੀ ਡਿਲੀਵਰੀ ਹੈ ਉਹ ਪਹਿਲੀ ਹੋਈ। ਇਹ ਬੜੀ ਪਰਿਵਾਰ ਦੇ ਜੀ ਨੂੰ ਜਦ ਕੁਛ ਅਜਿਹਾ ਸਮਾਂ ਆਉਂਦਾ ਹੈ ਤੇ ਇਹ ਵਧੀ ਹੋਈ ਆ, ਜਦ ਫਿਰ ਉਹਨੂੰ ਇਹ ਦਾਤ ਮਿਲ ਜਾਂਦੀ ਹੈ, ਵੇਟਿੰਗ ਤੇ ਜਦ ਕਿਸੇ ਨੂੰ ਪਾਉਂਦੇ ਨੇ ਪ੍ਰਾਇਓਰਟੀ ਤੇ, ਫਿਰ ਬੜਾ ਕੁਛ ਇਹ ਹੁੰਦਾ ਹੈ। ਤੇ ਤਰੋ ਤਾਜ਼ੇ ਨੇ ਬੰਦੇ ਜਿਹਨਾਂ ਦੇ ਇਸ ਟ੍ਰਾਂਸਪਲੈਂਟ ਹੋਇਆ, ਇਹਨੇ ਆਪਣੀ ਹੁਣ ਮਤਲਬ ਉਹ ਲੰਗਸ ਜਦ ਮਿਲੇ ਆਉਣ ਜਾਣ ਤੋਂ ਗਿਆ, ਪਰ ਕਿਹਦੀ ਜਾਨ ਬਚ ਗਈ ਤੁਸੀਂ ਇਹ ਦੇਖੋ। ਇਹ ਆ ਕਹਾਣੀ ਇਹਦੇ ਲਈ ਸਾਇੰਸ ਜਿੱਥੇ ਆਪਾਂ ਬੈਠੇ ਹਾਂ, ਦੇਖੋ ਕਿਤੇ ਨਾ ਕਿਤੇ ਕਮੀਆਂ ਵੀ ਨੇ ਸਿਸਟਮ ਦੇ ਵਿੱਚ, ਪਰ ਇੱਕ ਸਾਰੇ ਕਹਿੰਦੇ ਆ ਵੀ ਜੇ ਜਿੱਥੇ ਅਰਜੈਂਟ ਹੈ ਕੰਮ ਉੱਥੇ ਜਿਹੜਾ ਫੇਰ ਨਹੀਂ ਕਰਦੇ ਭੋਰਾ ਵੀ ਮਤਲਬ ਉਤਾਹੀ। ਇਹ ਤੁਹਾਨੂੰ ਤਾਂ ਖਬਰ ਸੁਣਾਈ ਆ ਵੀ ਨਵੀਂ ਬਿਲਕੁਲ ਡਰੋਨ ਡਿਲੀਵਰੀ ਲੰਗਸ ਦੀ ਵਰਲਡ ਦੀ ਪਹਿਲੀ। ਅੱਛਾ ਹੁਣ ਜਿਹੜੀ ਗੱਲ ਆਪਣੇ ਸੂਬੇ ਚ ਚੱਲ ਰਹੀ ਹੈ ਉਹ ਇਹ ਹੈ ਕਿ ਹੁਣੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਤੇ ਨਾਲ ਬੈਨ ਬੋਨੀ ਹੈਨਰੀ ਗੱਲਬਾਤ ਲਾਈਵ ਕਰ ਰਹੇ ਨੇ, BC ਦੇ ਵਿੱਚ ਇਨਡੋਰ ਜਿਹੜਾ ਮਾਸਕ ਮੈਂਡੇਟ ਕਰ ਦਿੱਤਾ 5 ਸਾਲ ਤੋਂ ਉੱਪਰ, ਜਿੱਥੇ ਵੀ ਇਨਸਾਈਡ ਤੁਸੀਂ ਜਾਣਾ ਮਾਸਕ ਪਾਉਣਾ ਹਰ ਹਾਲਤ ਵਿੱਚ। ਤੇ ਜਿੱਥੇ ਇਹ ਕਹਿ ਰਹੇ ਨੇ ਕਿ ਆਪਣੇ ਅੱਜ ਜਿਹੜੀ ਅਸਿਸਟਡ ਲਿਵਿੰਗ ਆ ਜਾਂ ਬਜ਼ੁਰਗਾਂ ਦੀ ਜਗ੍ਹਾ ਜਿੱਥੇ ਜਿੰਨਾ ਸਟਾਫ ਆ ਮੈਡੀਕਲ ਸਟਾਫ ਹੈ, ਜੇ ਉਹਨਾਂ ਨੇ
ਇਹ ਲਾਈ ਨਹੀਂ ਹੈ, ਵੈਕਸੀਨ ਲੱਗੀ ਨਹੀਂ ਉਹਨਾਂ ਦੇ, ਤਾਂ ਉਹਨਾਂ ਨੂੰ ਕੰਮ ਨਹੀਂ ਉੱਥੇ ਮਿਲਣਾ, ਛੁੱਟੀਆਂ ਤੇ ਭੇਜਦੇ ਆ। ਟੈਕਸਸ ਦੇ ਗਵਰਨਰ ਨੇ ਅੱਜ ਗੱਲ ਕੀਤੀ, ਉਹ ਕਹਿੰਦਾ ਸਾਡਾ ਮੇਰੇ ਸੂਬੇ ਦੇ ਵਿੱਚ ਕੋਈ ਅਜਿਹੀ ਨਹੀਂ ਵੀ ਕੋਈ ਵੀ ਬੰਦਿਸ਼ ਨਹੀਂ ਹੈ ਵੀ ਤੁਹਾਨੂੰ ਵੈਕਸੀਨ ਲਵਾਉਣੀ ਹੈ। ਬਹੁਤ ਜਿਹੜੀ ਇਹ ਡਿਸਕਸ਼ਨ ਚੱਲ ਰਹੀ ਹੈ ਬਹੁਤ ਵੱਡੀ ਇਹ ਡਿਸਕਸ਼ਨ ਹੈ। ਉਹ ਕਹਿੰਦੇ ਨਹੀਂ ਅਸੀਂ ਲਵਾਉਣੀ ਨੀ, ਬਹੁਤ ਨੇ। ਉਹ ਕਹਿੰਦੇ ਉਹ ਯੂਟਿਊਬ ਦੀਆਂ ਵੀਡੀਓ ਰੱਖੀ ਬੈਠੇ ਜਿੱਥੇ ਵੈਕਸੀਨ ਖਰਾਬ ਕਰ ਰਹੀ ਹੈ। ਹੁਣ ਕੁਛ ਪਰਿਵਾਰ ਵੀ ਅੱਗੇ ਆ ਰਹੇ ਨੇ, ਉਹਨਾਂ ਜਵਾਨ ਧੀਆਂ ਪੁੱਤਾਂ ਚ ਮੁਸ਼ਕਲ ਆ ਰਹੀ ਹੈ, 20 ਵਰਿਆਂ 21 ਵਰਿਆਂ ਦੇ ਸਰੀਰ ਦੀ ਤਬਦੀਲੀ ਆ ਰਹੀ ਹੈ। ਉਹ ਕਹਿੰਦੇ ਤਾਂ ਇਹਦੇ ਤਾਂ ਉਹ ਕਹਿੰਦੇ ਵੀ ਆ ਤਾਂ ਗਈ ਇਹ, ਬਹੁਤ ਜਲਦੀ ਬਣਾ ਦਿੱਤੀ, ਪਰ ਇਹਦੇ ਨਾਲ ਤੰਗੀ ਕਿਹੜੀ ਕਿਹੜੀ ਆਉਣੀ ਹੈ ਇਹ ਤਾਂ ਹਲੇ ਪਤਾ ਨਹੀਂ ਹੈ। ਕੀ ਕਰੂਗੀ ਇਹ ਸਰੀਰ ਤੇ ਕੀ ਕਰੂ, ਪਰ ਹੁਣ ਪੰਗਾ ਇਹ ਪੈ ਗਿਆ ਤੁਹਾਡੇ ਲੱਗੀ ਨਹੀਂ ਹੋਈ ਤਾਂ ਤੁਹਾਨੂੰ ਬਣ ਨਹੀਂ ਦਿੰਦੇ, ਉਹ ਹਰਾ ਜਿਹਾ ਸਟਿੱਕਰ ਜੇ ਨਹੀਂ ਤੁਹਾਡੇ ਫੋਨ ਤੇ, ਬੈਂਕ ਦੇ ਬਾਹਰ ਖੜਾ, ਬੈਂਕਟ ਹਾਲ ਦੇ ਬਾਹਰ ਖੜੇ ਨੇ, ਸਾਰੀ ਜਗ੍ਹਾ ਖੜੇ ਨੇ। ਉਹ ਕਹਿੰਦੇ ਲਿਆਓ ਉਹਦੇ ਦੱਸੋ ਵੈਕਸੀਨ ਲੱਗੀ ਹੈ ਕਿ ਨਹੀਂ। ਵੈਕਸੀਨ ਲੱਗਣ ਤੋਂ ਬਾਅਦ ਫੇਰ ਗੱਲਾਂ ਚੱਲ ਰਹੀਆਂ ਨੇ ਵੀ ਮਾਸਕ ਪਾਓ ਤੇ ਜੇ ਤੇ ਬਹੁ ਜ਼ਿੰਦਗੀ ਦੇਖੋ ਇੱਕ ਕਿਸਮ ਦੀ ਹੋ ਤਾਂ ਗਈ ਦੁੱਬਰ। ਲਾ ਲਾ ਮਾਸਕ, ਕਰ ਲਾ ਮਾਸਕ, ਇੱਕ ਦੂਜੇ ਵੱਲ ਝਾਕੀ ਜਾਂਦੇ ਨੇ ਤੇ ਸਪਰੇ ਕਰੀ ਜਾਂਦੇ ਨੇ, ਜਿਮ ਚਲੇ ਜਾਓ ਤੇ ਕਾਗਜ਼ ਚੱਕੀ ਤੁਰੇ ਜਾਂਦੇ ਨੇ, ਕੱਢੀ ਚੱਲੋ ਤੇ ਸਾਫ਼ ਕਰੀ ਚੱਲੋ ਪੇਪਰ ਨਾਲ, ਤੇ ਪਤਾ ਨੀ ਕੀ ਕਿਹੋ ਜਿਹੇ ਹੁਣ ਆਪਾਂ ਸਮੇਂ ਚ ਜੀਉ ਰਹੇ ਹਾਂ ਤੇ ਜੀਵਾਂਗੇ। ਮੈਨੂੰ ਲੱਗਦਾ ਇਹਦੇ ਵਿੱਚੋਂ ਬਾਹਰ ਨੀ ਨਿਕਲ ਸਕਦੇ। ਜਦ ਵੱਡੀਆਂ ਕੰਪਨੀਆਂ ਦਾ ਮਨ ਜਿਹਾ ਹੋ ਜੂ ਠੀਕ ਵੀ ਚੱਲ ਪੈਸੇ ਪੂਹੇ ਬਣ ਗਏ ਫਿਰ ਭਮਾ ਕਰ ਦੇਣ ਕੋਈ ਬਦਲਾਅ ਜਿਹਾ, ਤਾਂ ਹਲੇ ਤਾਂ ਉਹਨਾਂ ਦੇ ਮਨ ਦੇ ਵਿੱਚ ਆ ਵੀ ਇਹ ਤਾਂ ਸੌਦਾ ਬਹੁਤ ਉਹਨਾਂ ਦੇ ਫਿੱਟ ਬੈਠ ਗਿਆ। ਕਹਿਣ ਲੱਗ ਗਏ ਮਾਈਕਰੋਸਾਫਟ ਵਾਲੇ ਬਿਲ ਗੇਟਸ ਵਰਗੇ 2 ਸਾਲ ਪਹਿਲਾਂ ਵੀ ਇੱਥੇ ਤਾਂ ਮਹਾਮਾਰੀਆਂ ਹੋਣੀਆਂ ਨੇ, ਹੁਣ ਛੱਡ ਦਿਓ ਬਾਕੀ ਓਇਲ ਗੈਸ ਤੋਂ ਇੱਧਰੋਂ ਉੱਧਰੋਂ ਕੰਪਿਊਟਰ ਚਿਪਸ ਜਿਹੜੀਆਂ ਬਣਾਉਣ ਬਣਾਉਣ ਤੋਂ ਇੱਧਰ ਨੂੰ ਚੱਲੀਏ ਫਾਰਮਾਸਿਊਟੀਕਲ ਵੱਲ, ਤੇ ਮਜਬੂਰੀ ਇਹ ਹੋ ਗਈ ਬਈ ਪੰਜਾਬ ਨੂੰ ਜਾਣਾ ਜੇ ਕਿਸੇ ਨੇ ਉਹ $200-$150 ਲੱਗਣਾ ਜੀ ਟੈਸਟ ਕਰਾਓ ਜੀ 72 ਘੰਟੇ ਪਹਿਲਾਂ, ਆਏ ਹੋਏ ਹੋ ਇੱਥੇ ਘੁੰਮਣ ਜਾਣਾ ਵਾਪਸ ਇੰਟਰਨੈਸ਼ਨਲ ਟਰੈਵਲਿੰਗ ਅਮਰੀਕਾ ਨੂੰ ਜਾਣਾ ਇੱਧਰ ਉੱਧਰ ਫੇਰ ਟੈਸਟ ਕਰਾਓ ਜੀ, ਕਿਤੇ 100 ਲਈ ਜਾਂਦੇ ਨੇ, ਕਿਤੇ 80 ਲਈ ਜਾਂਦੇ ਨੇ, ਕਿਤੇ 150 ਲਈ ਜਾਂਦੇ ਨੇ, ਕਿਤੇ 200 ਲਈ ਜਾਂਦੇ ਨੇ। ਊ ਜਾ ਕੇ ਅਲਾਮਤ ਕਰਾ ਕਹਿ ਦੋ ਉਹ ਤਾਂ ਫ੍ਰੀ ਹੈ, ਜੇ ਟਰੈਵਲ ਕਰਨਾ ਉਹ ਕਹਿੰਦੇ ਤਾਂ ਇਹ ਫ੍ਰੀ ਨਹੀਂ ਹੈ, ਟੈਸਟ ਟੈਸਟ ਹੈ। ਇਹੋ ਜਿਹਾ ਕੁਛ ਸਰਕਾਰਾਂ ਨੂੰ ਸਹੀ ਕਰਨਾ ਚਾਹੀਦਾ ਵੀ ਜੇ ਜਾ ਕੇ ਬੰਦਾ ਲਾਈਨ ਚ ਲਾ ਕੇ ਕਹੇ ਵੀ ਮੇਰੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਮੈਨੂੰ ਕੋਵਿਡ ਨਾ ਹੋ ਜਾਵੇ, ਕਹਿੰਦੇ ਲਿਆ ਟੈਸਟ ਕਰੀਏ ਤੇਰਾ, ਦੂਜੇ ਦਿਨ ਸਵੇਰੇ ਈਮੇਲ ਆ ਜਾਂਦੀ ਹੈ ਵੀ ਠੀਕ ਆ ਤੂੰ, ਤੇ ਜੇ ਕਹਿ ਦੋ ਵੀ ਮੈਂ ਟਰੈਵਲ ਕਰਨਾ ਹੈ ਉਹ ਕਹਿੰਦੇ ਨਾ ਇਹ ਨੀ, ਫਿਰ ਤੂੰ ਉਹਨਾਂ ਦੇ ਜਾ ਦੂਜਿਆਂ ਦੇ, ਉਹ ਤੈਨੂੰ ਸਰਟੀਫਿਕੇਟ ਤੇ ਜਿਹੜੇ ਤੁਹਾਨੂੰ ਲਿਖ ਕੇ ਆ ਗਿਆ ਈਮੇਲ ਦੇ ਵਿੱਚ ਵੀ ਤੂੰ ਨੈਗੇਟਿਵ ਆ ਉਹਦਾ ਕੀ ਫਰਕ ਹੈ, ਉਧਰੋਂ ਫੇਰ ਚੜ੍ਹਨ ਵੇਲੇ ਕਰੋ। ਹੁਣ ਇੱਕ ਜਿਹੜਾ ਵਰਗ ਬਹੁਤ ਵੱਡਾ ਜਿਹਨਾਂ ਨੇ ਵੋਟਾਂ ਦੇ ਵਿੱਚ ਹਨੇਰੀ ਪੱਟ ਕੇ ਰੱਖੀ, ਟਰੂਡੋ ਦੀ ਬੱਸ ਕਰਾ ਕੇ ਰੱਖੀ ਵੀ ਅਸੀਂ ਨਹੀਂ ਯਾਰ ਜਿਹੜਾ ਆਪਣੇ ਨਹੀਂ ਲਵਾਉਣਾ, ਉਹ ਹੁਣ ਪੰਗਾ ਇਹ ਪੈਣਾ ਵੀ ਤੁਸੀਂ ਰਹਿੰਦੇ ਕਿਹੜੇ ਏਰੀਏ ਚੋਂ ਆ, ਤੁਸੀਂ ਤੁਹਾਡਾ ਜਿਹੜੀ ਅੱਗੇ ਹੁਣ ਲਾਈਨ ਕੀ ਆ, ਕੀ ਕਰਨਾ ਵੀ ਸਰੂਗਾ ਜਾਂ ਨਹੀਂ ਸਰੂ, ਇਹ ਜ਼ਰੂਰਤ ਰਹਿਣੀ ਆ ਤੁਹਾਨੂੰ ਜੀ। ਆ ਦੇਖੋ ਹੁਣ ਜੇ ਨਹੀਂ ਕਿਸੇ ਨੇ ਲਵਾਏ ਹੋਏ ਅੱਜ ਘਰੇ ਬਹਿ ਜਾਣਾ ਉਹਨਾਂ ਦੀ ਛੁੱਟੀ ਤੇ, ਅੱਜ ਨੌਕਰੀ $2,000-4,000 ਦੀ RCA ਹੈ ਕੋਈ ਘਰੇ, ਇਹ ਜਿਹੜੀ ਹੈ ਇਹ ਸੋਚਣ ਲਈ ਮਜਬੂਰ ਹੁਣ ਲੋਕ ਨੇ ਵੀ ਕੀ ਕੀਤਾ ਜਾਵੇ। ਅੱਛਾ ਇੱਕ ਹੋਰ ਖਬਰ ਗੈਸ ਦੀ ਗੱਲ ਕਰਨੀ ਚਾਹੁੰਦਾ ਮੈਂ ਵੀ ਗੈਸ ਮਹਿੰਗੀ ਹੋ ਰਹੀ ਹੈ। ਅੱਛਾ ਗੈਸ ਦੀ ਤਾਂ ਗੱਲ ਚੱਲ ਰਹੀ ਹੈ ਤੇ $2 ਦੀ ਹੋ ਗਈ ਜੀ ਪ੍ਰੀਮੀਅਮ ਜਿਹੜੀ ਹੈ $1.70 ਦੀ ਹੋ ਗਈ, ਤੇ ਸੇਮ ਟੋਕਨ ਤੇ ਕਦੇ ਹੋਰ ਚੀਜ਼ਾਂ ਵੱਲ ਆਪਾਂ ਨਿਗਾਹ ਮਾਰੀਏ ਵੀ ਜੀ ਅੱਧੇ ਲੀਟਰ ਪਾਣੀ ਦੀ ਬੋਤਲ $1.50 ਦੀ ਆਉਂਦੀ ਹੈ, ਉਹ ਜਗ੍ਹਾ ਜਿੱਥੇ ਉਹ ਭਰਨ ਵਾਲੀ ਕੰਪਨੀ ਨੂੰ ਜਿਹੜੇ ਅਸਾਸੇ ਇੱਥੇ ਸਾਡਾ ਪਾਣੀ ਜਿਹੜਾ
ਅੰਮ੍ਰਿਤਸਰ ਦਾ ਪਾਣੀ ਜਿਹੜੀਆਂ ਗੈਲਨਾਂ ਦੇ ਰੂਪ ਦੇ ਵਿੱਚ ਕੁਝ ਸੈਂਟ ਗੈਲਨ ਦੇ ਹੋਪ ਦੇ ਉਹ ਤੋਂ ਐਕੋਫਰ ਜੀ ਥੱਲਿਓ ਪਾਣੀ ਆਉਂਦਾ ਜੀ ਇਸਦਾ ਬੋਟਲ ਕਰਕੇ ਡੇਢ ਡੇਢ ਡਾਲਰ ਦੇ ਵੇਚੀ ਜਾਂਦੇ ਕੋਕ ਦਾ ਕੈਨ ਹੈ 330 ml ਉਹ ਡੇਢ ਡਾਲਰ ਦਾ ਮਿਲਦਾ ਮਹਿੰਗੀ ਕਿਹੜੀ ਚੀਜ਼ ਹੈ ਫ੍ਰੀ ਦਾ ਪਾਣੀ ਤੁਹਾਡਾ ਫ੍ਰੀ ਦਾ ਔਰ ਪਤਾ ਨੀ ਸੂਬੇ ਨੇ ਕਿਵੇਂ ਆਪਾਂ ਤਾਂ ਉੱਥੇ MOU ਕਹਿੰਦੇ ਸਾਈਨ ਹੋ ਜੀ ਬਾਦਲ ਕਰ ਗਏ ਜੀ ਅਮਰਿੰਦਰ ਕਰ ਗਏ ਜੀ ਇਲੈਕਟ੍ਰੀਕਲ ਦਾ ਜੀ ਇਹ ਤਾਂ ਆਹ ਦੇਖੋ ਤੁਹਾਡੇ ਦੇਸ਼ ਕਿਹਨਾਂ ਨੇ ਦਸਤਖਤ ਕੀਤੇ ਨੇ ਆਹ ਵਿਕਟੋਰੀਆ ਵਾਲਿਆਂ ਤੋਂ ਪੁੱਛ ਸਕਦਾ ਕੋਈ ਵੀ ਭਾਈ ਤੁਸੀਂ ਇਹ ਕਰਦੇ ਦਸਤਖਤ ਕੀਤੇ ਹੋਏ ਨੇ ਗਵਰਨਮੈਂਟ ਕਿਉਂ ਨੀ ਫੈਸਿਲਿਟੀ ਲਾ ਸਕਦੀ ਉੱਥੇ ਪਾਣੀ ਕਿਉਂ ਨੀ ਭਰ ਸਕਦੀ ਜਮਾ ਹੀ ਫ੍ਰੀ ਦਾ ਪਾਣੀ ਬੋਟਲ ਕਰਕੇ ਲਿਆਓ ਜੀ ਕੱਢੋ ਡੇਢ ਡਾਲਰ 500 ml ਦੇ ਫ੍ਰਿਜ ਲੱਗੀ ਦੇ $1.30 $1.40 ਔਰ BC ਦਾ ਪਾਣੀ ਫ੍ਰੀ ਦਾ ਪਾਣੀ ਸਾਹ ਅਵਤਾਰ ਸਿੰਘ ਜੀ ਲਾਈਨ ਨੰਬਰ 2 ਭਾਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੈਡੀਕਲ ਦੀ ਗੱਲ ਕਰਦੇ ਤੇ ਮੈਂ ਖੁਦ ਗਵਾਹ ਜੀ ਮੈਨੂੰ ਕੈਂਸਰ ਸੀਗਾ ਬਾਈ ਜੀ ਮੇਰੇ ਜਵਾਰੇ ਹਰ ਅਨਫਲੋਡ ਦੇ ਕੋਲ ਕੈਂਸਰ ਸੀਗਾ ਜੀ ਮੇਰੇ ਹੇਠਲੇ ਜਵਾਰੇ ਦੇ ਤੇ ਮੈਨੂੰ ਮੈਂ 4 ਹਸਪੀਟਲਾਂ ਚ ਚੈੱਕ ਕਰਾਇਆ ਪਹਿਲੇ ਦੋਵਾਂ ਨੇ ਤੇ ਇੱਕ ਨੇ ਤਾਂ ਜਵਾਬ ਹੀ ਦੇ ਦਿੱਤਾ ਅਸੀਂ ਸਾਰਾ ਬੁਲਵਾਲ ਸ਼ਾਰਟ ਹੋ ਗਿਆ ਦੂਆ ਕਹਿੰਦਾ ਮੈਂ ਕਰ ਸਕਦਾ ਮੈਂ ਗਰੰਟੀ ਨਹੀਂ ਦੇ ਸਕਦਾ ਤੀਜੇ ਨੇ ਹੰਗਾਰਾ ਜਿਹਾ ਭਰਿਆ ਪਹਿਲਾਂ ਹਾਂ ਕਰਦੀ ਤੇ ਮੁੱਕਰ ਗਿਆ ਚੌਥੇ ਨੇ ਫਿਰ ਯੂ ਪੈਨ ਚ ਫਿਲਾਡਲਫੀਆ ਮੈਂ ਸਰਜਰੀ ਕਰਾਈ ਸੀ 2017 ਚ ਤੇ ਮੇਰਾ ਉਹ ਕਹਿੰਦਾ ਵੀ ਮੇਰੀ ਅਰਦਾਸ ਕਰੋ ਮੈਂ ਆਪਣੀ ਕਿੰਨੀ ਇਮਾਨਦਾਰੀ ਨਾਲ ਨਿਭਾਵਾਂ ਜਿਹੜਾ ਸਾਰਾ ਜਵਾਰੇ ਹੀ ਕੱਢ ਕੇ ਬਾਈ ਜੀ ਲੱਤ ਚੋਂ ਹੱਡੀ ਕੱਢ ਕੇ ਮੇਰੇ ਜਵਾਰੇ ਜੀ ਲਾਈ ਸਕਿਨ ਡਰਾਫਟ ਕਰਿਆ ਤੇ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਬੜਾ ਠੀਕ ਹੈ ਵਧੀਆ ਹੈਗਾ ਤੇ ਡਾਕਟਰ ਵੀ ਬਹੁਤ ਐਕਸਪਰਟ ਦਾ ਡਾਕਟਰ ਹੈ ਉਹ ਪ੍ਰੋਫੈਸਰ ਹੈ ਯੂਨੀਵਰਸਿਟੀ ਦਾ ਜੀ ਜੇ ਕੰਮ ਤੇ ਅੱਜ ਮੈਂ ਬਾਈ ਜੀ ਇਹਨਾਂ ਦੇ ਪੂਰੇ ਸਭ ਹਾਂਗੇ ਮਰੇ ਵੇ ਨੂੰ ਜੂਦਾ ਕਰ ਦਿੰਦੇ ਆ ਜੀ ਪ੍ਰਾਈਵੇਟ ਹੈ ਪਰ ਇਲਾਜ ਹੈ ਬਹੁਤ ਤੁਹਾਡੇ ਕੋਲ ਅਮਰੀਕਾ ਚ ਇਹ ਮੰਨਣਾ ਇਲਾਜ ਵੀ ਜੇ ਸਾਡਾ ਇਲਾਜ ਹੋ ਜਾਂਦਾ ਜੀ ਇੰਨੀ ਪੈਸਾ ਕਿਸ਼ਤਾਂ ਚ ਕਰ ਲੋ ਜੀ ਕਿਹੜਾ ਧੱਕੇ ਨਾਲ ਜੇਬ ਚੋਂ ਕੱਢਦੇ ਆ ਜੀ ਪਹਿਲਾਂ ਇਲਾਜ ਕਰਦੇ ਜੀ ਫੇਰ ਬਾਅਦ ਚ ਅਗਲਾ ਦਿੰਦਾ ਮੈਂ ਹੌਲੀ ਹੌਲੀ ਕਰਕੇ ਦਿੰਦਾ ਰਿਹਾ ਜੀ ਬਾਅਦ ਚ ਦੱਸੇ ਆ ਜੀ ਸਾਰਾ ਕੋਈ ਮੈਨੂੰ ਕੋਈ ਪ੍ਰੋਬਲਮ ਨੀ ਆਈ ਥੈਂਕ ਯੂ ਬਾਈ ਧੰਨਵਾਦ ਜੀ ਸਾਹ ਗੁਰਮੀਤ ਸਿੰਘ ਲਾਈਨ ਨੰਬਰ 2 ਮੈਂ ਕਲੀਨੇ ਗਿਆ ਸੀਗਾ ਵੀਕਐਂਡ ਤੇ ਜੀ ਤੇ ਆਪਣੇ ਉੱਥੇ ਮੈਂ ਜਦੋਂ ਕੈਕਟਸ ਕਲੱਬ ਗਿਆ ਤਾਂ ਉਹਨਾਂ ਨੂੰ ਕਾਰਡ ਦਿਖਾ ਲਿਆ ਵੈਕਸੀਨ ਲੱਗੀ ਹੋਈ ਆ ਦੋਨੇ ਹੀ ਉਹਨੇ ID ਲਈ ਤਾਂ ਮੈਨੂੰ ਅੰਦਰ ਵੜ ਲੈਣ ਦਿੱਤਾ ਤੇ ਕੋਵਿਡ ਰੋਡ ਚ ਆਈ ਰਹੇ ਆ ਉੱਥੇ ਅੰਦਰ ਗਏ ਆ ਉਹਨਾਂ ਦੇ ਰੈਸਟੋਰੈਂਟ ਵਿੱਚ ਨੋ ਪ੍ਰੋਬਲਮ ਜੀ ਤੇ ਅੱਛਾ ਜਦੋਂ ਆਪਣੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਚੈੱਕ ਚ ਗਏ ਜੀ ਉੱਥੇ ਉਹਨਾਂ ਨੇ ਸਾਨੂੰ ਬੜਾ ਹਰਾਸ ਕੀਤਾ ਜੀ ਉਹ ਕਹਿੰਦੇ ਵੀ ਨੋ ਇਹ ਕਾਰਡ ਤੁਹਾਡਾ ਵੈਲਿਡ ਨਹੀਂ ਗਾ ID ਵੀ ਦਿੱਤੀ ਸਾਰਾ ਕੁਛ ਮੇਰੇ ਮਗਰ ਹੋਰ ਕਪਲ ਖੜਾ ਸੀ ਉਹਨਾਂ ਨੇ ਵੀ ਆਰਗੂਮੈਂਟ ਕੀਤਾ ਕਹਿੰਦੇ ਨੋ ਮੈਂ ਕਿਹਾ ਵੀ ਲਿਆਓ ਤੁਹਾਡੇ ਮੈਨੇਜਰ ਨਾਲ ਗੱਲ ਕਰਦੇ ਆ ਕੁੜੀ ਮੁੜ ਕੇ ਜਦੋਂ ਆਈ ਵੇਟਰੈਸ ਉਹ ਕਹਿੰਦੀ ਜੀ ਮੈਨੇਜਰ ਕਹਿੰਦਾ ਵੀ ਤੂੰ ਇਹਨਾਂ ਨੂੰ ਅੰਦਰ ਹੀ ਕਿਉਂ ਵੜਨ ਦਿੱਤਾ ਇਹਦਾ ਦੱਸੋ ਜੀ ਕੀ ਹੋਵੇ ਕਮਾਲ ਕਰ ਦਿੱਤੀ ਅਲੱਗ ਬਿਲਕੁਲ ਹੀ ਅਲੱਗ ਤੇ ਪਰ ਤੁਹਾਡੇ ਕੋਲ ਹੈਗੇ ਸੀ ਵੈਕਸੀਨ ਸਰਟੀਫਿਕੇਟ ਬਣੇ ਹੋਏ ਸੀ ਪਾਸਪੋਰਟ ਬਣਿਆ ਆ ਜੀ ਮੈਂ ਦਿਖਾ ਲਿਆ ਕੈਕਟਸ ਕਲੱਬ ਗਏ ਆ ਉਹਨਾਂ ਨੂੰ ਦਿਖਾ ਲਿਆ ਉਹ ਕਹਿੰਦੇ ਨੋ ਪ੍ਰੋਬਲਮ ਆ ਜਾਓ ਆਪਣੇ ਦੇ ਵਿੱਚ ਉਹ ਕਹਿੰਦਾ ਤੁਸੀਂ ਇਹਨਾਂ ਨੂੰ ਅੰਦਰ ਹੀ ਕਿਉਂ ਮੰਨ ਦਿੱਤਾ ਜੀ ਉਹ ਕਹਿੰਦਾ ਮੈਨੂੰ ਦੂਸਰਾ ਫੋਨ ਦੇ ਵਿੱਚ ਦਿਓ ਕੱਢ ਕੇ ਦਿਓ ਉਹ ਮੰਨੂਗਾ ਨਹੀਂ ਤਾਂ ਨਹੀਂ ਉਹ ਕਹਿੰਦਾ ਚਲੇ ਜਾਓ ਤੁਸੀਂ ਇੱਥੇ
अपने अपने भाईचारा अपना रेस्टोरेंट सी है। हां जी अपना इंडियन रेस्टोरेंट कलोने दे विच। इस तरह कर नहीं सकते ते तुहाडे कोल फिर तुहाडे मतलब तुहाडे कोल फोन दे विच नहीं सी ओहो? फोन दे विच मेरे कोल है ना सीगा जी, असी चार जाने सीगे, मेरे को फोन जाना सी, जेडे बाकी तीन सीगे उहनां कोल सीगा, उहनां नूं कहिंदे वी तुहाडे लई नो प्रॉब्लम, पर आ बंदे कोल है नहीं गा, इह नहीं इत्थे बैठ सकदा, इह ऑर्डर वी नहीं कर सकदा। ईवन के होर ना कस्टमर ने भी कहा भी ये लीगल आ, तुहानू आई डी ना दिंदा, सब कुछ हैगा आ, वो कहिंदे नो। मैनेजर ने तो फिर सिरे लाती, वो कहिंदा इन्हां नूं अंदर ही क्यों बंद दिता। थैंक यू, थैंक यू जी, थैंक यू। पानी की जिहड़ी मैं गल कर रहा सी, नैस्ले जिहड़ी स्विट्जरलैंड की सब तो वड्डी कंपनी आ, पानी ओह बेच रही आ, दुनिया दे विच उहने कॉन्ट्रैक्ट लाए हुए ने, फ्रेजर वैली दे विचों 265 मिलियन लीटर साल दे फ्रैश पानी दे कढ़दी आ, 265 मिलियन लीटर, 26 करोड़ लीटर, 26.5 करोड़ दवानी नहीं देंदे, फ्रेजर वैली दे खूह चो कढ़दा इक पैसा फ्री। 2013 दी इह असल सारी वाटर सप्लाई एसोसिएशन ऑफ बीसी है, हुण इह कोई इहनां नूं वेखदा नहीं, उह कहिंदे जी इंपलायर होप च बहुत वड्डे ने, 75 जॉब्स दित्तियां होईयां ने, 75 ते फिर 75 जॉब सूबा नहीं दे सकदा, अपना प्लांट कोई ला सकदा कि नहीं? ਇਹਨੇ ਦਸਤਖਤ ਕੀਤੇ ਹੋਏ ਨੇ ਕਿਸ ਤਰ੍ਹਾਂ ਉਹ ਪਾਣੀ ਕੱਢ ਰਹੇ ਨੇ, ਇਹ ਐਕਟ ਜਿਹੜਾ ਵਾਟਰ ਐਕਟ ਹੈ 1909 ਦਾ ਬਣਿਆ ਬੀਸੀ ਦਾ, ਤੇ ਹੁਣ ਉਹ ਕਹਿ ਕੀ ਰਹੇ ਨੇ ਵੀ ਇਹ ਤਾਂ ਨਿਕਲ ਕੇ ਤਾਂ ਖਰਾਬ ਹੀ ਹੋ ਜਾਣਾ, ਵਗੇ ਜਾਣਾ ਹੈ ਤਾਂ ਤਰੀਕ ਚ ਤਰੀਕ ਤੋਂ ਚਲੇ ਜਾਣਾ ਇਹ ਸਮੁੰਦਰ ਚ, ਬਸ ਇਹ ਵੇਚ ਰਹੇ ਸੀ $1.5 ਦੀ ਬੋਤਲ, ਅੱਧਾ ਲੀਟਰ ਦੀ ਫ੍ਰੀ ਪਾਣੀ। ਸਤਪਾਲ ਸਿੰਘ ਜੀ ਲਾਈਨ ਨੰਬਰ 4 ਮੈਨੂੰ ਲੋਕਾਂ ਦੀ ਇੰਨੀਆਂ ਬੇਨਤੀਆਂ ਆ ਰਹੀਆਂ ਵੀ ਕਰੋ ਕੁਛ, ਪਿੱਛੇ ਤੱਕ ਹੀ ਜਿਹਨਾਂ ਨਾਲ ਹੋਈਆਂ ਨੇ ਹੁਣ ਉਹ ਫੋਨ ਨੰਬਰ ਵੀ ਦੇਣ ਲੱਗ ਗਏ ਨੇ ਕਿ ਵੀਰ ਜੀ ਮੇਰੇ ਨਾਲ ਗੱਲ ਕਰੋ, ਔਰ ਇੱਥੇ ਤੱਕ ਮੈਨੂੰ ਪਤਾ ਲੱਗਿਆ ਕਿ ਸਰੀ ਦੇ ਅੰਦਰ ਵੀ ਜਿਵੇਂ ਅੱਜ ਤੋਂ 2 ਹਫ਼ਤੇ ਪਹਿਲਾਂ ਬ੍ਰਹਮਟਨ ਦੇ ਵਿੱਚ ਹੁਣ ਕੰਟੀਨਿਊਜ਼ ਹੈ, ਵੀਕਐਂਡ ਦੇ ਉੱਤੇ ਘਰ ਘੇਰੇ ਜਾਂਦੇ ਨੇ ਉਹਨਾਂ ਇੰਪਲੋਇਰ ਦੇ ਜਿਹੜੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਨੇ, ਉੱਥੇ ਯੂਥ ਇਕੱਠਾ ਹੋ ਗਿਆ ਔਰ ਵੱਡੇ ਲੈਵਲ ਤੇ ਪ੍ਰੋਟੈਸਟ ਹੋ ਰਿਹਾ। ਪਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇੱਕ ਟੀਵੀ ਸ਼ੋਅ ਤੇ ਨਵੇਂ ਆਏ ਇਮੀਗ੍ਰੈਂਟ ਯੂਥ ਨਾਲ ਗਾਲੋਂ ਗਾਲੀ ਹੋ ਰਹੇ ਨੇ ਇੰਪਲੋਇਰ, ਔਰ ਸ਼ਰੇਆਮ ਧਮਕੀਆਂ ਦੇ ਰਹੇ ਨੇ ਕਿ ਹੁਣ ਤੁਸੀਂ ਸਾਡੇ ਘਰਾਂ ਦੇ ਅੱਗੇ ਆ ਕੇ ਦੇਖੋ, ਔਰ ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਕਿ ਅਸੀਂ ਸੁਣਦੇ ਸੀ ਕੈਪਟਨ ਦੀ ਕੋਠੀ ਘੇਰੀ ਹੋਈ ਹੈ, ਪੁਲਿਸ ਡਾਂਗਾਂ ਚਲਾ ਰਹੀ ਹੈ, ਇੱਥੇ ਹੁਣ ਪੁਲਿਸ ਤਾਂ ਕੁਛ ਕਰ ਨਹੀਂ ਰਹੀ, ਸਰਕਾਰ ਕੁਛ ਕਰ ਨਹੀਂ ਰਹੀ, ਲੋਕ ਆਪਸ ਨੂੰ ਡਾਂਗੋ ਡਾਂਗੀ ਹੋਣ ਨੂੰ ਫਿਰਦੇ ਨੇ, ਇਹੋ ਜਿਹੇ ਹਾਲਾਤ ਬਣ ਗਏ ਨੇ। ਔਰ ਅੱਜ ਹੋਰ ਦੁੱਖ ਲੱਗਿਆ ਜਦੋਂ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜਿਹੜਾ ਕਿ ਕਿਸੇ ਟਾਈਮ ਤੇ ਆਮ ਪਾਰਟੀ ਦਾ ਬੜਾ ਮੋਹਤਵਰ ਵਿਅਕਤੀ ਸਮਝਿਆ ਜਾਂਦਾ ਸੀ ਸਰੀ ਦੇ ਅੰਦਰ, ਔਰ ਉਹ ਸ਼ਰੇਆਮ ਕਹਿ ਰਿਹਾ ਕਿ ਮੈਂ ਲੰਮਾ ਵੇਖਦਾ ਤੁਹਾਡੇ ਢਿੱਡ ਚ ਕੀ ਤਕਲੀਫ ਆ, ਆਪਣੀ ਗੱਡੀ ਦਿਖਾ ਰਿਹਾ, ਮੇਰੇ ਨਾਲ ਜਗਵਾਰ ਹੈ ਕਿ ਲੈਂਡ ਕਰੂਜ਼ਰ ਹੈ, ਤੇ ਕੀ ਉਹਦਾ ਲਾਇਸੈਂਸ ਹੁਣ ਸਰਕਾਰ ਲੈ ਨਹੀਂ ਸਕਦੀ ਜਿਹੜਾ ਆਪਣੇ ਮੂੰਹੋਂ ਬੰਨ ਰਿਹਾ ਕਿ ਮੈਂ LMI ਵੇਚਦਾ, ਲੈਣ ਵਾਲੇ ਕਿਉਂ ਖਰੀਦਦੇ ਨੇ ਜੇ ਉਹਨਾਂ ਚ ਦਮ ਨਹੀਂ ਹੈਗਾ ਲੈਣ ਦਾ, ਫਿਰ ਉਹ ਕੈਨੇਡਾ ਕੀ ਲੈਣ ਆਉਂਦੇ ਨੇ? ਇਹੋ ਜਿਹੀਆਂ ਗੱਲਾਂ ਹੋਣ ਲੱਗ ਗਈਆਂ, ਸਮਾਜ ਸਾਡਾ ਕਿਹੜੇ ਪਾਸੇ ਜਾ ਰਿਹਾ? ਮੈਂ ਸਾਰੇ ਰੈਡੀ ਹਾਊਸ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਇੱਕ ਜੰਗ ਵਿੱਢੀਏ, ਵਿੱਢ ਕੇ ਇਹਨਾਂ ਨੂੰ ਥੋੜਾ ਜਿਹਾ ਨੱਥ ਪਵਾਈਏ, ਕਿਉਂਕਿ ਇਹ ਬਹੁਤ ਵੱਡੀ ਲੋਟ ਕਸੋਟ ਹੈ। ਪੰਜਾਬ ਦੇ ਜਾਏ ਉਹ ਕਿਸਾਨਾਂ ਦੇ ਪੁੱਤ ਨੇ ਜਿਹੜੇ ਪੰਜਾਬ ਤੋਂ ਧੀਆਂ ਪੁੱਤ ਇੱਥੇ ਆ ਗਏ ਨੇ, ਔਰ ਤੁਸੀਂ ਉਹਨਾਂ ਦੇ ਲਈ ਹਾ ਦਾ ਨਾਰਾ ਤਾਂ ਮਾਰਨ ਵਾਸਤੇ ਵੱਡੇ ਵੱਡੇ ਸਟੀਕਰ ਗੱਡੀਆਂ ਪਿੱਛੇ ਲਾਈ ਫਿਰਦੇ ਹੋ, ਪਰ ਤੁਸੀਂ
कभी देखते हो कि उन्होंने लुट कुसुट जो 40,000 50,000 की एल एम ई वेचते हो 10-10 डॉलर के 15-15 घंटे काम कराते हो है फिर भी पैसे नहीं देंगे तुम बेचारे लेबर कोटा धक्के खा के फैसले करा के आ जाते हो तुम वकीलों के घर भर देंगे हो पर उन्होंने पैसे नहीं देंगे कि असी यह जे कनेडा सोचा सी यह जहा कनेडा बनावे कि कनेडा बनता जा रहा मैं इसे वास्ते जी उदो नारा दे रहा सी ताडे कोल एक दिन हुंदा वोटां दा वो एक कड्डो इन्हां जोकां नूं कड्डो ट्रूडो नूं बचाओ कनेडा हुण तुसीं देख रहे हो ना किवें रोज मुजाहरे हो रहे ने पिछले हफ्ते होके हटाया उस तों पिछले हफ्ते होके हटाया हुण इह जी नौबत आ गई मुजाहरे करन वाले ते मुजाहरेकारियां दे हक मारन वाले उन्हां दीआं तनखावां मारन वाले 40-40,000 दी उन्हां नूं एल एम आईआं वेच के उन्हां नूं जलील करने वाले आपसे डांगो डांगी होने फिर और सरी च भी यह नौबत बहुत जल्दी आने वाली है क्योंकि मैनू जिथे तक हम इनफॉर्मेशन आई है कुछ कंपनियां नू 9 सितंबर नू नोटिस भेजे ने इत्थे भी नौजवान खड़े हो गए ने एक लुट कसुट कदों बंद कराओगे गिल साहब मैं तो हर एक रेडियो स्टेशन जाके पिछले कई सालों दवाई पा रहा यह माड़ा हो रहा है माड़ा हो रहा है माड़ी पिरत पै रही है यह बेड़ा गर्क करूगी यह बेड़ा गर्क कनेडा का करती जा रही है हम अभी देख रहे हैं और बेड़ा गर्क सब तो वध पंजाब का कर रही है जिहड़े बेचारे 50-50, 60-60,000 अपनी कोठियां अपने घर अपन जमीन वेच के गहने धर के इन्हां जोकां नूं इन्हां जम्मां नूं दे रहे ने यह जिहड़े जम इत्थे दे चिमड़ गए सानू यह कदों सानू इन्हां तों राहत मिलेगी रब का वास्ता है इन्हां दे नाल जिवें पहला रोटी की सांझ बंद की जाती सी समाजिक तौर पर बाइकआउट किया जाता सी उन्हां नूं धी भैन का रिश्ता नहीं दिता जाता सी उन्हां दे बिजनेस तो समान नहीं खरीदा जाता सीगा मैं हुण एक हा दा नारा मारदा जे तुहाडे विच गैरत हैगी आ जे तुसीं अपने आप पंजाबी समझदे हैगे हो कि इहे जे बिजनेस दे जिथे पुछो वर्कर कोई एल एम आई ते काम कर रहा उहदे नाल रोटी धी भैन की व्यापार करने की सांझ ना रखो तुहानू बाइकाट करना पैना जे तुसीं बचना हैगा नहीं तो तुहाडी पीढ़ी बर्बाद हो जानी है कनेडा तुहाडा बच्चियां जोगा नहीं रहना जिहे जिहा कनेडा सानू आके मिलिया सी इत्थे डांगो डांगी लड़दे फिरनगे पैसे दे के जॉबां मिलिया करनियां ने पहला पैसे जमा कराओ 2 साल के फिर 2 साल की नौकरी के चैक वापस दिया करनगे तुहानू ते इह जिहे हालात हो जाने ने जाग पवो बचा लो कनेडा इन्हां जोकां नूं ला दिओ धन्नवाद जी ये जोकां बहुत माड़ियां जोकां ने मेरियां हथ जोड़ के बेनती है पैर फड़ के बेनती है सारे रेडियो होस्टां नूं जिन्हें भी है ने इस दे खिलाफ एक जंग विढ दो सरकार नूं हिला दो आवाम जिहड़ी हुंदी है ना सरकार दा तख्त हिला दिंदी है तख्त पलट दिंदी है इत्थे मैं देखण डिया किसे दे विच कोई इन्नी दम नहीं हैगा कि इस खिलाफ बोल सकन खड़े हो जागो बचाओ ਸਿੱਖੋ ਸਾਹਿਬ ਪਿਛਲੇ 5 ਸਾਲ ਹੋ ਗਏ ਬੋਲਦਿਆਂ ਨੂੰ ਜਦਾ ਇਹ ਚੱਲਿਆ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਕਹੋ ਮੈਨੂੰ ਮੈਂ ਤਾਂ ਲੱਗਿਆ ਰਿਹਾ ਨਾ ਹਰ ਰੋਜ਼ ਤੁਹਾਡੇ ਹਰ ਰੋਜ਼ ਸਾਰਿਆਂ ਨੂੰ ਕਹਿ ਰਿਹਾ ਜੀ ਮੈਂ ਸਾਰਿਆਂ ਨੂੰ ਹਲੂਣਾ ਦੇ ਰਿਹਾ ਸਾਰਿਆਂ ਨੂੰ ਫਿਰ ਜਿਹੜੇ ਨਹੀਂ ਕਹਿੰਦੇ ਉਹਨਾਂ ਨੂੰ ਸਮਝਾਓ ਮੈਂ ਤਾਂ ਲੱਗਿਆ ਹੋਇਆ ਹਰ ਰੋਜ਼ ਬੋਲਦੇ ਹਰ ਰੋਜ਼ ਤੇ ਉਹਨਾਂ ਦੀ ਜ਼ਮੀਰਾਂ ਨੂੰ ਵੀ ਜਗਾਉਣਾ ਚਾਹਨਾ ਮੈਂ ਉਹਨਾਂ ਦੀ ਜ਼ਮੀਰਾਂ ਨਹੀਂ ਜਗਾਉਣਾ ਚਾਹਨਾ ਕਿ ਉੱਠੋ ਇਸ ਕੋਡ ਦੇ ਖਿਲਾਫ ਲੜੋ ਨਹੀਂ ਤਾਂ ਤੁਹਾਡੀਆਂ ਪੀੜ੍ਹੀਆਂ ਨੂੰ ਖਾ ਜਾਏਗਾ ਇਹ ਕਨੇਡਾ ਨੂੰ ਬਰਬਾਦ ਕਰ ਦੇਗਾ ਕਨੇਡਾ ਨਹੀਂ ਰਹਿਣਾ ਇਹ ਸਵਰਗ ਜਿਹੜੇ ਅਸੀਂ ਕਹਿੰਦੇ ਨਾ ਸਵਰਗ ਹੈ ਇਹ ਨਰਕ ਬਣ ਜਾਣਾ ਨਰਕ ਬਣ ਚੁੱਕਿਆ ਉਹਨਾਂ ਨੂੰ ਪੁੱਛੋ ਜਿਹੜੇ ਵਿਚਾਰੇ ਨਵੇਂ ਆਏ ਨੇ ਨਾ ਘਰ ਲੈਣ ਜੋਗੇ ਨੇ ਨਾ ਨੌਕਰੀਆਂ ਮਿਲਦੀਆਂ ਨੇ ਨੌਕਰੀਆਂ ਪਹਿਲਾਂ 2 ਸਾਲ ਦੀ ਤਨਖਾਹ ਦਵੋ ਤਾਂ ਨੌਕਰੀ ਮਿਲਦੀ ਆ ਐਲ ਐਮ ਆਈ ਖਰੀਦੋ ਹੈ ਇਹ ਐਲ ਐਮ ਆਈਆਂ ਨੇ ਉਹ ਬੇੜਾ ਗਰਕ ਕਰਤਾ ਪੰਜਾਬ ਤੋਂ ਆਏ ਜਾਇਆਂ ਦਾ ਉਹ ਵਿਚਾਰੇ ਰੁਲਦੇ ਫਿਰਦੇ ਨੇ ਬਚਾ ਲਓ ਇਹਨਾਂ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਕਨੇਡਾ ਨੂੰ ਮੇਰਾ ਬਸ ਇਹੀ ਹੈਗਾ ਤੁਹਾਨੂੰ ਗਿੱਲ ਸਾਹਿਬ ਮੈਂ ਹਮੇਸ਼ਾ ਸਲੂਟ ਕਰਦਾ ਕਿ ਤੁਸੀਂ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੈਗੇ ਹੋ ਔਰ ਲੋਕਾਂ ਨੂੰ ਮੈਂ ਹੁਣ ਲਾਣਤ ਪਾਉਣਾ ਕਿ ਜਿਹੜੇ ਇਹ ਕੰਮ ਕਰ ਰਹੇ ਨੇ ਉਹ ਆਪੇ ਹਟ ਜਾਓ ਨਹੀਂ ਤਾਂ ਇਹ ਨਾ ਹੋਵੇ ਅਸੀਂ ਤੁਹਾਡਾ ਬਾਈਕਾਟ ਕਰੀਏ ਔਰ ਤੁਹਾਨੂੰ ਸਮਾਜਿਕ ਤੌਰ ਤੇ ਵੀ ਸ਼ਰਮ ਕਰੀਏ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਹੋਵੇ ਔਰ ਅਸੀਂ ਬੇਸ਼ਰਮ ਕਰੀਏ ਤੁਹਾਨੂੰ ਜੀ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਵੱਡਾ ਇੱਕ ਇਸ਼ੂ ਹੈ ਜੀ ਇਸ ਤੇ ਕੀ ਆਪਾਂ ਕੰਮ ਕਰ ਸਕਦੇ ਹਾਂ ਹਰ ਰੋਜ਼ ਸੁਨੇਹਾ ਦਿੰਦਾ ਹਰ ਰੋਜ਼ ਉਹੀ ਗੱਲ ਆ ਜਾਂਦੀ ਉਹ ਕਹਿੰਦੇ ਨਾ ਉਹ ਖਰੀਦਣ ਸਾਤੋਂ ਹਰੇਕ ਇਹੀ ਕਹਿੰਦਾ ਨਾ ਖਰੀਦੋ ਚਲੋ ਅੱਜ ਫੇਰ ਆਪਾਂ
चंगे काम लई तुरे हुए अपना आप बार गए जिहड़े उन्हां दी गल करनी है व्यापारक संदेशां तों बाद वापस आ गए। धन्नवाद जी सारिआं दा। जिहड़ी हुण मैं गल करनी चाहुंदा पहले विशे ते गल नहीं करनी चाहुंदा जी, मैं नवा विशा शुरू कर रहा, प्लीज वेट करिओ। हुण पिछले दिनी ज्यादा दिन आउंदे ने अक्टूबर 9 दा शहीद भाई हरजिंदर सिंह जिंदा ते सुखदेव सिंह सुखा दी फांसी दा दिन आउंदा जेरवाड़ा जेल पुणे च, तां यूट्यूब ते उन्हां दी वीडियो उपर आउणियां शुरू हो जांदियां ने कि लोक जब तुसी वेखदे हो जां चैनल कई चलाउण लग जांदे परिवार दी इंटरव्यू जिहड़ियां दोनों वड्डे भाइयां दियां ते भैण दियां, उन्हां दियां गल्लां रब्बर दा भाई छड के जा रहा ते कौम दे लई उह आपा वार रहा। जज इन्नी नेक चलनी जेल दे विच प्यार ते सच ते धर्म ते खंड वाले धर्मी योधिया नू कहिंदा वी मैं तुहानू माफी दे देनी है ते उम्र कैद दऊं, तुसी जेल दे विच अदालत दे विच नारे ना लायो, मन्नियो ना, है नहीं कुछ क्योंकि कश्मीर का कोई गवाह है नहीं। ना ना ये नहीं गल, असी आप मनना भी असी ये काम किया, असी अर्जन दास भी मारिया, ललित माकर भी मारिया, सब तो बड़ी गल के फौज का जरनैल जिन्हें 1984 के तीसरे घल्लूघारे अंजाम दिता, चाहे प्रधानमंत्री ने कहा चाहे जेलू ने कहा किसी ने कहा, उसके बाद असी नहीं जवाब देना, असी हां करनी है। जिंदगी दे रंग बदल ले अंदर जाके पाठ ते जद तो सजा बोली 12-13 किलो वजन बढ़ गया। परिवार नाल गलबात इस तरह कर रहे ने भी जिवें कल नूं सवेर नूं कुछ नहीं होना, परिवार दे जी भी भुल गए भी कल नूं तां सवेर नूं तुर जाणा इन्हां ने, सिर्फ ते सिर्फ थक गए 17-18 घंटे 5-6 घंटे च तैयारी, कहने हुण सौ क्यों उठना, सवेरे दही सेव खाना ते पाठ करना अरदास ते बस चढ़दी कला दे जकारे मारदे सी फांसी ते जाके चढ़ जा। हुण आम इंसान है जिहड़ा, ये तो गल ठीक है विवरसाइयां रूहां एक किस्मत लैके जमदियां, गल करनी उहनां दी औखी है, आप उस जगह ते जाके खड़ना किन्ना औखा सी। और ये आम जड़ी है शहीदियां नमियां नहीं है, शहीद तो शहीद ही है, चाहे वह गुरु काल तो उस तो बाद सिख राज है, सिख राज का खात्मा है, फिर उस तो बाद फरंगियां के खिलाफ लड़ाई है, देश आजाद होने वेले उस तो बाद देश दे विच हुंदे धक्के दे बारे पंजाब दे विच नक्सल लहर है, जां फिर सिख संघर्ष है, शहीद नूं तुसीं हां साडी धारणा हो सकती है कि आपां किहनूं प्यार करदे हां, शहीद नूं आपस विच असीं वंड नहीं सकते, शहीद नाले इंटरनेशनल लैवल ते ही उहनां नूं मनुखी हक्कां लई लड़न वाले लोकां दे ही लैन कितें अलग ने। जे हरजिंदर सिंह जिंदे की गल कर रहे हैं तो चेक वेरे की भी नाल जे आपां गल कर लीए, कमैलो उन्हां दी कर लीए,
कोई अलग चीज नहीं है। हां अपनी अपनी प्रतिभा से अपना सोचना जिहड़ी विचारधारा नूं तुसीं समर्पित हो तुहानूं उही शहीद वधिया लगदा, पर शहीदां दा आप विच कुछ नहीं बंडिया होया। अपना आप वारना उहदी किसे तों, फिर उह आए हुई गलदारां जिहड़ियां ने उह महकां ने जिहड़ियां उह वेखणियां भी है नहीं, पता भी इस तरह तुर जाणा पिछों की होया, अखों परे जग मरे की होणा की पता, होणा जां नहीं होणा। पर इक कौज आ जिहड़ा, इक कारण आ जिहड़ा, उहदी बल्ले बल्ले करवाउणी। ਕਹਿਜ ਸ਼ੀਤ ਕੇ ਅਜਿਹੇ ਯੋਧੇ ਜਿਹੜੇ ਜਿਹਨਾਂ ਨੇ ਵਕਤ ਪਾਤਾ, ਅੱਜ ਅਹਿਮਦਾਬਾਦ ਵੇਖਿਆ, ਅੱਜ ਪੂਨੇ ਵੇਖਿਆ, ਅੱਜ ਦਿੱਲੀ ਵੇਖਿਆ, ਅੱਜ ਬੰਬੇ ਵੇਖਿਆ, ਰੈਡ ਅਲਰਟ, ਪੰਜ ਪੰਜ ਸ਼ਹਿਰਾਂ ਚ ਇੱਕੋ ਹੀ ਦਿਨ ਹਰਜਿੰਦਰ ਸਿੰਘ ਜਿੰਦੇ ਦੇ ਬਾਰੇ ਹੁੰਦੀਆਂ ਰਹੀ। ਪਿੰਕੀ ਕਹਿ ਕਰਕੇ ਬੋਲਦਾ ਕਿਹਨੇ ਫੜਾਤਾ ਤੇ ਕੀ ਫੜਾਤਾ, ਇਹ ਗਿੱਦੜਾਂ ਦੀ ਪੰਸੇਰੀ, ਇਹ ਤਾਂ ਬਾਅਦ ਦੀਆਂ ਹੁਣ ਗੱਲਾਂ ਨੇ। ਤੇ ਕਿਹਦੀ ਯੁਰਤ ਸੀ ਵੀ ਉਹਨਾਂ ਦੇ ਨੇੜੇ ਆ ਜਾਵੇ, ਠੀਕ ਹੈ, ਪਰ ਕਿਸੇ ਨੇ ਕਿਸੇ ਨੂੰ ਫੜਾਉਣਾ ਹੀ ਹੁੰਦਾ, ਉਹਦੀ ਇੱਕ ਲਾਈਨ ਆ ਜੀ ਤੇ ਉਹਨੇ ਜਾਣਾ ਹੁੰਦਾ। ਫਿਰ ਮਰਵਾਹਾ ਦਿੱਲੀ ਦਾ ਕਮਿਸ਼ਨਰ ਆ, ਇੰਨਾ ਪ੍ਰਭਾਵਿਤ ਹੋਇਆ ਕਿਤਾਬ ਚ ਉਹਨੇ ਲਿਖਿਆ, ਕਹਿੰਦਾ ਹੱਸਦਾ ਸੀ ਪਿਆ, ਕਹਿੰਦਾ ਬਈ ਕਿਵੇਂ ਆ, ਹੜੇ ਹੀ ਲਿਆ ਫਿਰ, ਕਹਿੰਦਾ ਸਦਾ ਅਸੀਂ ਤੇ ਰਾਜਧਾਨੀ, ਅਸੀਂ ਤੇ ਤੁਸੀਂ ਕੌਮ ਦੇ ਜਰਨੈਲ ਦੀ ਹੈਸੀਅਤ ਤੇ ਖੜ ਕੇ ਬਰਾਬਰ ਗੱਲ ਕਰਦੇ ਰਹੇ। ਜਦ ਫਾਂਸੀ ਤੋਂ ਬਚਤ ਹੋ ਸਕਦੀ ਸੀ ਪਰ ਨਹੀਂ, ਉਸਨੂੰ ਨਹੀਂ ਮੰਨੇ, ਨਾ ਅਸੀਂ ਲੈਣੀ ਹੈ ਫਾਂਸੀ, ਚੜ੍ਹਨਾ। ਇਹ ਸ਼ਹੀਦ ਜਦ ਦੇ ਸਮੇਂ ਦੇ ਲਾ ਲਓ, ਪ੍ਰਾਪਤਨ ਲਾ ਲਓ, ਵਰਤਮਾਨ ਲਾ ਲਓ, ਹੁਣ ਦੇ ਸਮੇਂ ਦੇ ਵਿੱਚ ਆਹ ਕਿਸਾਨਾਂ ਦੇ ਸੰਘਰਸ਼ ਦੇ ਬਾਰੇ ਲਾ ਲਓ, ਘਰ ਖਾਲੀ ਹੋ ਗਏ ਕੋਈ 20 ਵਰ੍ਹਿਆਂ ਦਾ, ਕੋਈ 15 ਵਰ੍ਹਿਆਂ ਦਾ, ਕੋਈ 30 ਵਰ੍ਹਿਆਂ ਦਾ, ਕੋਈ 40 ਵਰ੍ਹਿਆਂ ਦਾ, 700 ਦੀ ਗਿਣਤੀ ਹੋਰ ਹੋਊਗੀ। ਵਿਸ਼ਲੇਸ਼ਣ ਤਾਂ ਆਪਾਂ ਉਹਨਾਂ ਦਾ ਕੀ ਕਰਨਾ, ਜੇ ਆਪਣੇ ਵੱਲੋਂ ਇੱਕ ਸ਼ਰਧਾਂਜਲੀ ਤੇ ਸ਼ਰਧਾ ਦੇ ਹਿਸਾਬ ਦੇ ਨਾਲ ਕਿਸੇ ਵੀ ਸ਼ਹੀਦ ਨੂੰ ਯਾਦ ਕਰਨਾ ਹੋਵੇ, ਕਿਸ ਤਰ੍ਹਾਂ ਡਿਸਕ੍ਰਾਈਬ ਆਪਾਂ ਕਰ ਸਕਦੇ ਹਾਂ। ਅੱਛਾ ਹੁਣ ਤੁਸੀਂ ਇਹਨੂੰ ਪੂਰੇ ਇੱਕ ਮਨੁੱਖਤਾ ਤੇ ਆਪ ਆਪਾਂ ਜ਼ਿੰਦਗੀ ਚ ਤੁਰੇ ਫਿਰਦੇ ਸੋਚ ਕੇ ਵੇਖੋ, ਵੀ ਮਰ ਜਾਣਾ, ਸ਼ਹੀਦ ਹੋ ਜਾਣਾ ਕਿਸੇ ਵੀ ਕੌਜ ਤੇ। ਅੱਛਾ ਉਹਦੇ ਬਾਅਦ ਜਿਹੜੇ ਕੌਜ ਤੇ ਗਏ ਆ, ਉਹਨੂੰ ਕਾਰਨ ਜਿਹੜਾ ਉਹਨੂੰ ਵੇਖਣ ਲਈ ਆਪਾਂ ਜਿਉਂਦੇ ਨੀ ਰਹਿੰਦੇ। ਹੁਣ ਆਪਾਂ ਕਰਦੇ ਹਾਂ, ਮਿਹਨਤਾਂ ਕਰਦੇ ਹਾਂ ਵੀ ਲੈ ਆ ਕਰ, ਉਹ ਕਰ, ਆ ਕਮਾ, ਘਰ ਪਾਲਾ, ਗੱਡੀ ਲੈ ਲਾ, ਉਹਦੇ ਚ ਬਹਿਣਾ ਤੇ ਛੱਤ ਦੇ ਥੱਲੇ ਰਹਿਣਾ ਹੈ। ਅੱਛਾ ਇਹ ਕਿਹੜੀਆਂ ਰੂਹਾਂ ਨੇ ਜਿਹੜੀਆਂ ਕਹਿੰਦੇ ਵੀ ਆਪਣਾ ਭਾਂਡਾ ਜਿਹੜਾ ਭੰਨ ਦੇਣਾ ਤੇਰੇ ਸਿਰ ਤੇ, ਉਹਦੇ ਬਾਅਦ ਦੇਖਣਾ ਹੈ ਨੀ ਵੀ ਵਾਕਈ ਭੰਨ ਹੋਇਆ ਉਹ, ਤੇ ਨਾਲੇ ਪਤਾ ਵੀ ਜਿੱਦਣ ਇਹ ਮੈਂ ਵੱਟ ਟੱਪਣੀ ਹੈ ਤਾਂ ਟੱਬਰ ਦੇ ਜੀ ਵੀ ਉਹੀ ਲੈਣ ਦੇ ਵਿੱਚ ਨੇ। ਉਹ ਸਦਾ ਚੱਕ ਕੇ ਪੁਲਿਸ ਮਾਰ ਦੇਵੇ, ਘਰ ਬਾਰ ਢਾ ਦੇਣ, ਕੋਲੇ ਢਾ ਦੇਣ, ਡੰਗਰ ਖੋਲ ਦੇਣ, ਮੋਟਰਾਂ ਬੰਬੀਆਂ ਪੱਟ ਕੇ ਲੈ ਜਾਣ, ਤੇ ਟੱਬਰ ਪਤਾ ਹੀ ਨੀ ਕਿੱਥੇ ਰਹੋ। 70-70 ਵਰ੍ਹਿਆਂ ਦੀਆਂ ਮਾਵਾਂ, 65-65 ਵਰ੍ਹਿਆਂ ਦੀਆਂ ਮਾਵਾਂ ਜਿਹਨਾਂ ਨੇ ਪੋਤੇ ਦੋਹਤੀਆਂ ਖਲਾਉਣੇ ਨੇ, ਆਰਾਮ ਕਰਨਾ, ਸਰਦਾਰੀਆਂ ਘਰ ਚ ਕਰਨੀਆਂ, ਉਹਨਾਂ ਨੇ ਪਤਾ ਨੀ ਕਿਹੜੀਆਂ ਰਿਸ਼ਤੇਦਾਰੀਆਂ ਚ ਜਾ ਕੇ ਰਾਤਾਂ ਕੱਟਣੀਆਂ ਨੇ, ਕਿਹੜੇ ਹਾਲੀ ਕੱਟਣੀਆਂ ਨੇ, ਪੁੱਤ ਦੀ ਸਵਾਹ ਦਾ ਗੜਬਾ ਜਿਹੜਾ ਹੱਥ ਚ ਫੜਨਾ ਹੈ। ਕਮਾਲ ਦੀ ਕਹਾਣੀ, ਇਹਦਾ ਮਤਲਬ ਜਿੱਥੇ ਉਹ ਸੂਰਬੀ ਯੋਧੇ ਜੰਮਦੇ ਆ ਉਹ ਪਰਿਵਾਰ ਨੂੰ ਵੀ ਉਹ ਸ਼ਕਤੀ ਦੇ ਕੇ ਹੀ ਨਾਲ ਰੱਖਦੇ ਆ। ਪਰਵਿਦਗਾਰ ਜਿਹੜਾ ਕਾਇਮ ਹੋ ਜਾਓ ਤੁਸੀਂ, ਕਿਹੜਾ ਇਨਸਾਨ ਹੈ ਇਸ ਦੁਨੀਆਂ ਦੇ ਵਿੱਚ ਜਿਹੜਾ ਆਪਣਾ ਮਾੜਾ ਕਰਨਾ ਚਾਹੁੰਦਾ, ਮਾੜਾ ਆਪਣੇ ਹੀ ਨਿਗਾਹ ਦੇ ਵਿੱਚ ਆ, ਉਹਨਾਂ ਨੂੰ ਤਾਂ ਪਤਾ ਹੈ ਉਹ ਚਾਹ ਜਿਹੜਾ ਹੈ ਉਹ ਚਾਹ ਦੀ ਕਹਾਣੀ ਹੋਰ ਹੈ। ਖਾਣੀ ਉਹ ਪਤਾ ਨੀ ਕਿਵੇਂ ਰੂਹਾਂ ਜੰਮਦੀਆਂ ਨੇ, ਕਿਹੜੀਆਂ ਘੜੀਆਂ ਨੇ ਜਦੋਂ ਇਸ ਧਰਤੀ ਤੇ ਜਨਮ ਲੈਂਦੀਆਂ ਨੇ ਤੇ ਕਿਵੇਂ ਤਖਤੇ ਹਿਲਾਉਂਦੀਆਂ ਨੇ। ਹੁਣ ਸ਼ਹੀਦੀ ਤਾਂ ਕੱਲੀ ਹੈ, ਜੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ ਗੱਲ ਕਰੋ, ਸਰ ਹਰਜਿੰਦਰ ਸਿੰਘ ਜਿੰਦਾ ਦੀਆਂ ਗੱਲਾਂ ਜਿਹੜੀਆਂ ਉਹਦੀਆਂ, ਉਹਨਾਂ ਦੀਆਂ ਜੇਲ੍ਹ ਚਿੱਠੀਆਂ, ਰਾਸ਼ਟਰਪਤੀ ਨੂੰ ਲਿਖੀ ਚਿੱਠੀ ਜੇ ਤੁਸੀਂ ਪੜ੍ਹੋ, ਉਹ ਕਹਿੰਦਾ ਜਦ ਕੌਮਾਂ ਅੰਗੜਾਈ ਲੈਂਦੀਆਂ ਥਰਥਰਾਹਟ ਹੁੰਦੀ ਆ, ਹਿੱਲ ਜਾਂਦੀ ਆ ਜਦ ਉੱਠਦੀਆਂ ਨੀਂਦ, ਤੂੰ ਕਿਹੜੇ ਚੱਕਰ ਚ ਬੈਠਾ,
ਤੁਸੀਂ ਜ਼ੁਲਮ ਕੀਤਾ, ਤੁਸੀਂ ਆਹ ਕੀਤਾ, ਤੁਸੀਂ ਆਹ ਕੀਤਾ, ਤੇ ਵੇਦ ਮਰਵਾਹਾ ਨੂੰ ਵੀ ਕਹਿੰਦਾ ਵੀ ਸਤਿਕਾਰ ਨਾਲ ਗੱਲ ਕਰਨੀਆਂ, ਵੇਦ ਮਰਵਾਹਾ ਹੀ ਸਤਿਕਾਰ ਨਾਲ ਗੱਲ ਕਰ। ਇਹ ਉਹ ਬੰਦੇ ਨੇ ਜਿਹੜੇ ਲਾਈਨ ਤੋਂ ਦੂਜੇ ਬੰਨੇ ਖੜੇ ਨੇ, ਜਿਹੜੇ ਜਿਬਾ ਕਰਨ ਨੂੰ ਹੱਥ ਚ ਜਮਹੂਰ ਲਈ ਖੜੇ, ਉਹਨਾਂ ਨੂੰ ਕਹਿੰਦਾ ਅਸੀਂ ਤੇ ਤੁਸੀਂ ਰਾਜਧਾਨੀ ਦਿੱਲੀ ਨੂੰ ਮੁਖਾਤਬ ਹੋ ਕੇ ਸਰਜਿੰਦਰ ਸਿੰਘ ਜਿੰਦਾ ਕਰ ਰਿਹਾ ਦਰ ਦਰ। ਆਪਾਂ ਉਸ ਸਮੇਂ ਜਹਾਜ ਜੂਹ ਚੜ੍ਹਨ ਵਾਲੇ ਸੀ ਸਾਰੇ, 84, 85, 90 ਚ ਕਿਵੇਂ ਫੋਟੋਆਂ ਲੱਗੀਆਂ ਹੋਈਆਂ ਸੀ ਹਰ ਚੌਂਕ ਦੇ ਵਿੱਚ ਫੋਟੋ, ਰੋਡਾ ਸਹਿਰਾ ਤੇ ਲੱਭ ਰਿਹਾ। ਜਿਹਨਾਂ ਨੇ ਲੁਧਿਆਣੇ ਜਦ ਇੱਕ ਵਾਰ ਫੜ ਹੋਏ, ਜਿਹਨਾਂ ਨੇ ਦਰਸ਼ਨ ਕੀਤੇ, ਜਿਹਨਾਂ ਨੇ ਘਰਾਂ ਦੇ ਵਿੱਚ ਆਟੇ ਦੇ ਵਿੱਚ ਮੁੱਕੀ ਦਿੱਤੀ, ਜਿਹੜੀਆਂ ਮਾਵਾਂ ਨੇ, ਤੇ ਫੋਟੋਆਂ ਸਾਰੇ ਲੁਧਿਆਣੇ ਚ ਲੱਗੀਆਂ, ਕਹਿੰਦੇ ਇੱਥੇ ਆਇਆ ਹੋਇਆ, ਇੱਥੇ ਆਇਆ, ਗੱਡੀ ਦੀ ਚਾਬੀ ਦਾ ਨੰਬਰ ਵੀ ਮਰੂਤੀ ਦਾ ਉਹਨਾਂ ਫੜ ਲਏ, CMC ਕੋਲ ਫੜ ਲਿਆ, ਕਹਿੰਦੇ ਜਿੰਦਾ, ਕਹਿੰਦਾ ਹਾਂ, ਦੋਨੇ ਬਾਹਰ ਫੜ ਲਈਆਂ, ਲੈ ਬੜੇ ਅੰਦਰ, ਛੋਟੀ ਜਿਹੀ ਕੋਤਵਾਲੀ ਜੀ ਸੀ CMC ਬਰਾਊਨ ਦੇ ਸਾਹਮਣੇ, ਤੇ ਕਹਿੰਦੇ ਪੁਲਿਸ ਵਾਲੇ ਦੱਸਦੇ ਨੇ ਮਾਰਿਆ ਜਮਾ ਹੀ ਛੀਟਕਾ, ਸਰੀਰ ਸੀ, ਸਰੀਰ ਭਾਰੀ ਨੀ ਸੀ, ਬਾਹਾਂ ਨੂੰ ਜਦ ਮਾਰਿਆ ਹਲਾਰਾ, ਜਿਵੇਂ ਆਹ ਹਾਲੀਵੁੱਡ ਚ ਨੀ, ਸੋਰੀ ਬਾਲੀਵੁੱਡ ਚ ਨੀ ਦਿਖਾਉਂਦੇ ਹੱਥ ਦੱਸ ਡਿੱਗਦੇ, ਇਉਂ ਹੀ ਹੈ। ਕਹਿੰਦੇ ਹਸਪਿਟਲ ਦੇ ਹਸਪਤਾਲ ਦੇ ਵਿੱਚ ਵੜ ਗਏ, ਪੁਲਿਸ ਹਸਪਤਾਲ ਚ ਬੜੀ ਆਪ ਬਾਹਰ ਨਿਕਲ, ਸਾਰੇ ਲੁਧਿਆਣੇ ਚ ਫੋਟੋਆਂ, ਕਿਤੇ ਪ੍ਰਸ਼ਾਦਾ ਬੈਠੇ ਕਹਿੰਦੇ ਸ਼ਕਣ, ਉਹ ਕਹਿੰਦੇ ਫੋਟੋਆਂ ਦੀ ਕਿਹੜੀ ਕਹਾਣੀ ਹੈ, ਇਹ ਫੋਟੋਆਂ ਕੁਛ ਨੀ, ਕਮਾਲ ਦੀਆਂ ਕਹਾਣੀਆਂ। ਇਉਂ ਹੀ ਜਦ ਭੱਜੇ ਆ ਗੁਜਰਾਤ ਪੁਲਿਸ ਦੇ ਕੋਲੋਂ, ਜਦ ਵੀ ਉਹ ਦੱਸਦੇ ਭਾਈ, ਉਹ ਦੱਸਦੇ ਨੇ, ਕਹਿੰਦੇ ਵੀ ਉਹਨਾਂ ਨੇ ਰੋਟੀ ਰਾਟੀ ਖਿਲਾਤੀ, ਤੇ ਉਹ ਕਹਿੰਦਾ ਫਰੂਟ ਲਿਆਵਾਂ ਤੁਹਾਨੂੰ, ਲਿਆ, ਰੇਹੜੀ ਤੇ ਗਿਆ, ਟਰੱਕ ਆ ਗਿਆ ਰਾਹ ਦੇ ਵਿੱਚ, ਬਸ ਖਤਮ ਕਹਾਣੀ। ਕਹਿੰਦੇ ਕਿੱਥੇ ਗਿਆ ਕਿੱਥੇ ਗਿਆ, ਭੱਜੇ ਜਾਂਦੇ ਨੇ, ਕੱਪੜੇ ਪਾ ਲਏ, ਲਾ ਲਏ ਖਾਨੀ, ਕੀ ਕੀਤਾ ਰੱਬ ਜਾਣਦਾ। ਵੈਦਿਆਂ ਨੂੰ ਵੀ ਉਹ ਕਹਿੰਦੇ ਵੈਦਿਆਂ ਨੂੰ ਜਿੱਦਣ ਜਦ ਉਹਦੇ ਕੀਤੇ ਦੀ ਸਜ਼ਾ ਦੇਣ ਗਏ ਨੇ, ਜਵਾਨੀ ਭਾਈਆਂ ਦੀ ਹੋਈ ਆ ਬਈ, ਮੋਟਰਸਾਈਕਲ ਸਟਾਰਟ ਨੀ ਹੋਇਆ, ਵੈਦਿਆ ਤੁਰ ਗਿਆ ਤੇ ਭੱਜ ਕੇ ਮੋਟਰਸਾਈਕਲ ਸਟਾਰਟ ਕਰ। ਕੁਛ ਨੇੜੇ ਦੇ ਸਾਥੀ ਇਹ ਵੀ ਕਹਿੰਦੇ ਨੇ ਵੀ ਰੇਕੀ ਕਰਨ ਹਲੇ ਗਏ ਹੋਏ ਸੀ, ਵੀ ਕਿੱਧਰ ਨੂੰ ਜਾਂਦਾ, ਕਿੱਥੇ ਨੂੰ ਜਾਂਦਾ, ਜਦ ਦੇਖਿਆ ਕਹਿੰਦੇ ਉਹ ਜਾਂਦਾ, ਕਹਿੰਦੇ ਅੱਛਾ ਬਸ ਠੀਕ ਹੈ। ਕਹਿੰਦੇ ਫਿਰ ਆਪਸ ਵਿੱਚ ਗੱਲ ਕੀਤੀ ਵੀ ਰੇਕੀ ਤਾਂ ਹੁਣ ਇਹਦੇ ਲਈ ਉਹ ਕਰਦੇ ਲਾ ਦੇ ਨਾਲ ਮੋਟਰਸਾਈਕਲ, ਹੁਣ ਇਹ ਕਹਿ ਕੇ ਉਹਦੇ ਨਾਲ ਗੰਨਮੈਨ ਸੀ ਉਹਦਾ। ਇਹ ਕੌਮ ਦੇ ਸਿਫਾ ਸਲਾਰਾਂ ਨੇ ਜਿਹੜੇ ਕੌਮ ਦੇ ਜਰਨੈਲ ਹੋਏ ਨੇ, ਗਲਤੀਆਂ ਨੂੰ ਵੀ ਮੰਨਿਆ ਵੀ ਗਲਤੀ ਹੋ ਗਈ, ਇੱਥੇ ਆ ਨੀ ਸੀ ਕਰਨਾ ਸੀ। ਹੁਣ ਉਹ ਰੂਹਾਂ ਪਤਾ ਨੀ ਕਿੱਥੋਂ ਜਨਮ ਲੈਂਦੀਆਂ ਨੇ, ਕਿੱਥੋਂ ਵਰੋਸਾਈਆਂ ਹੋਈਆਂ ਕੁੱਖਾਂ ਨੇ ਸੁਲੱਖਣੀਆਂ, ਜਿੱਥੋਂ ਉਹ ਪੈਦਾ ਹੁੰਦੇ ਨੇ, ਜਿਹਨਾਂ ਨੇ ਇੱਧਰ ਨੂੰ ਤੁਰਨਾ, ਸਾਡੇ ਈਰਖਾ ਸਾਡੇ ਸਾੜੇ ਕਰਕੇ। ਜੇ ਅਸੀਂ ਖੱਬੀ ਵਿਚਾਰਧਾਰਾ ਦੇ ਹੋਗੇ, ਸਾਨੂੰ ਤਰਸੇਮ ਬਾਬੇ ਹੋਣੀ ਫਿੱਟ ਨੇ, ਬਸ ਬਾਬਾ ਬੂਝਾ ਸਿੰਘ ਫਿੱਟ, ਆਹ ਜਿਹੜੇ ਹੋਣ ਵਾਲੇ ਸੀ ਇਹ ਨੀ ਸਾਨੂੰ ਪਸੰਦ, ਹੋਣ ਵਾਲੇ ਜਿਹੜੇ ਜਿਹਨਾਂ ਨੂੰ ਇਹ ਪਸੰਦ ਹੋ, ਕਹਿੰਦੇ ਉਹਨਾਂ ਦਾ ਕਾਮਰੇਡਾਂ ਦਾ ਕੀ ਕਰਨਾ ਅਸੀਂ ਨਕਸਲੀ ਆ। ਇਹ ਸਾਡੀ ਬਦਮਗਜ਼ੀ ਹੈ। ਉਹ ਇੱਕ ਲਾਈਨ ਤੇ ਨੇ, ਉਹ ਪੰਜਾਬ ਦਾ ਭਲਾ ਮੰਗਦੇ ਸੀ, ਕੋਈ ਕਿਸੇ ਤਰੀਕੇ ਨਾਲ ਮੰਨਦਾ, ਕੋਈ ਕਿਸੇ ਆਪਣਾ ਆਪਣੀ ਸੋਚ ਆ। ਉਹ ਸਤਿਕਾਰ ਦੇ ਪਾਤਰ ਨੇ, ਉਹ ਕਿਸੇ ਲਹਿਰ ਨਾਲ ਸੰਬੰਧਿਤ ਸੀ, ਘਰ ਬਾਰ ਕੁਲਾੜੀ ਦੇ ਵਿੱਚ ਦੀ ਲੰਘਿਆ ਹੀ ਆ, ਲੰਗਰ ਖੁੱਲੇ ਹੀ ਨੇ, ਮਾਵਾਂ ਭੈਣਾਂ ਜਾ ਕੇ ਥਾਣੇ ਚ ਬੈਠੀਆਂ ਨੇ, ਉਹ ਕਿਸੇ ਵੀ ਲਹਿਰ ਦਾ ਸ਼ਹੀਦ ਸੀ। ਅਸੀਂ ਜਿਹੜਾ ਪ੍ਰਸ਼ਾਦਾ ਸ਼ੱਕ ਟੋਲਾ, ਅਸੀਂ ਸਤਿਕਾਰ ਹੀ ਦਿਆ ਕਰੀਏ, ਬਸ ਅਸੀਂ ਉਹਨਾਂ ਨੂੰ ਵੰਡਿਆ ਨਾ ਕਰੀਏ, ਇਹ ਬਹੁਤ ਜ਼ਰੂਰੀ ਹੈ। ਲੱਗਦਾ ਹੀ ਹੁੰਦਾ ਵੀ ਦੂਜੇ ਡਾਕੂ ਸੀ, ਸਾਡੇ ਵਾਲੇ ਸ਼ਹੀਦ ਸੀ, ਇਸ ਤਰ੍ਹਾਂ ਨਹੀਂ ਹੁੰਦਾ। ਸੱਚ ਤੇ ਤੁਰਨ ਵਾਲੇ ਜਿਹੜੇ ਪਾਂਧੀ ਨੇ, ਉਹ ਸਾਰਿਆਂ ਦੇ ਪਿਆਰ ਇੱਕੋ ਜਿਹੇ ਕਰਦੇ ਨੇ। ਹਾਂ, ਇੱਕ ਹੋ ਸਕਦਾ ਕਿ ਧਰਮ ਨੂੰ ਵੱਧ ਮੰਨਦੇ ਹੋਣ, ਦੂਜੇ ਧਰਮ ਨੂੰ ਨਾ ਮੰਨਦੇ ਹੋਣ, ਮਨੁੱਖਤਾ ਦੀ ਸੇਵਾ। ਉਹ ਕਹਿੰਦੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਆ, ਉਹ ਕਹਿੰਦੇ ਅਸੀਂ ਜਿਹੜਾ ਇੱਕ ਸੋਵਰਨ ਨੇਸ਼ਨ ਦੀ ਗੱਲ ਕਰਦੇ, ਬਸ ਫਰਕ ਇੰਨਾ ਹੀ ਸੀ। ਔਰ ਸੰਘਰਸ਼ਾਂ ਦੇ ਵਿੱਚ ਲੋਟੂ ਟੋਲਾ ਜਿਹੜਾ, ਉਹ ਅਕਸਰ ਬਣਨਾ ਹੀ ਬਣਨਾ, ਉਹਨੇ ਇਹ ਚ ਕੋਈ ਨਵੀਂ ਚੀਜ਼ ਨਹੀਂ। ਉਹਨਾਂ ਦੇ ਨਾਂ ਤੇ ਰੋਟੀਆਂ ਬਹੁਤ ਸੇਕਣੀਆਂ ਨੇ, ਲੋਕਾਂ ਨੇ ਸੇਕ ਰਹੇ ਨੇ, ਇੰਪਾਇਰ ਖੜੇ ਕਰ ਲਏ, ਕਾਰੋਬਾਰ ਤੇ TV ਚੈਨਲ ਜੇ ਵੋ ਤੇ ਬਹੁਤ ਕੁਛ ਹੋਇਆ ਹੁਣ। ਪਰ ਉਹਨਾਂ ਦੇ ਮੂਹਰੇ ਇਹ ਕਲੰਕ, ਜਿਹੜੇ ਕਲੰਕ ਨੇ, ਜਿਹੜੇ ਕਾਲਾ ਟਿੱਕਾ ਨੇ, ਉਹ ਚੜ੍ਹਦੇ ਸੂਰਜਾਂ ਨੂੰ, ਇਹ ਚੜ੍ਹਦੇ ਸੂਰਜ ਨੂੰ ਇਹਨਾਂ ਨੇ ਕੀ ਕਰ ਲੈਣਾ ਕਾਲੇ ਟਿੱਕਿਆਂ ਨੇ,
ਇਹ ਦੋ ਹੋਣਗੇ ਚਾਰ ਹੋਣਗੇ 98 ਤਾਂ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ ਵੀ ਯਾਰ ਸਾਡੇ ਲਈ ਆਹ ਕੁਛ ਹੋਇਆ। ਦਿਨ ਮਨਾਏ ਜਾਂਦੇ ਨੇ, ਅਰਦਾਸਾਂ ਹੁੰਦੀਆਂ ਨੇ, ਜਿਨ੍ਹਾਂ ਨੇ ਸਿਜਦਾ ਕਰਨਾ ਉਹ ਕਰਦੇ ਆ। ਕਲ ਜਗਪਾਲ ਸਿੰਘ ਜੀ ਲਾਈਨ ਨੰਬਰ 3। ਵਾਹਿਗੁਰੂ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਤਾਂ ਸ਼ਹੀਦਾਂ ਸਿਰ ਝੁਕਦਾ ਆ ਉਹਨਾਂ ਯੋਧਿਆਂ ਨੂੰ ਜਿਹਨੀ ਦੂਜਾ ਕੌਮ ਦੀ ਰੱਖੀ। ਤੇ ਜਿਹੜੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਵੀ ਜਿਹੜਾ ਸ਼ਹੀਦ ਆ, ਇਨਸਾਨੀਅਤ ਦੀ ਗੱਲ ਲਈ, ਹੱਕ ਲਈ ਜਿਹੜਾ ਵੀ ਕੋਈ ਸ਼ਹਾਦਤ ਦਿੰਦਾ ਸਾਨੂੰ ਉਹਦਾ ਸਤਿਕਾਰ ਹੀ ਕਰਨਾ ਚਾਹੀਦਾ ਆ। ਅਸੀਂ ਜਿਹੜਾ ਇਹਨਾਂ ਤਕਰਾਰਾਂ ਚ ਨਾ ਪਈਏ ਵੀ ਉਹ ਸਾਡੇ ਆ ਤੋ ਤੁਹਾਡੇ ਆ, ਗੱਲ ਜਿਹੜੀ ਜੋ ਇਨਸਾਨੀਅਤ ਦਾ ਕਰਦਾ ਉਹਦਾ ਸਤਿਕਾਰ ਹੋਣਾ ਹੀ ਚਾਹੀਦਾ। ਤੇ ਸਾਨੂੰ ਸਪੈਸ਼ਲੀ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਜਿਹੜੇ ਦੂਜਾ ਦੋਏ ਪਾਸੇ, ਕਦੀ ਉਸ ਪਾਸੇ ਤੇ ਕਦੀ ਉਸ ਪਾਸੇ ਛਾਲ ਮਾਰ ਕੇ ਹੋ ਜਾਂਦੇ ਆ। ਤੋ ਗੱਲਾਂ ਕਰਕੇ ਜਿਹੜੇ ਸਾਡੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਵਿੱਚ ਗਲਤੀਆਂ ਕੱਢ ਕੱਢ ਦੱਸਦੇ ਆ ਵੀ ਹੁਣ ਆਹ ਗਲਤੀ ਕਰਤੀ, ਏਦਾਂ ਕਰਤੀ, ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਜਿਹੜਾ ਜੋ ਆਪਾਂ ਜਿੱਦਾਂ ਹੁਣ ਖਾਲੜਾ ਸਾਹਿਬ ਦੀ ਇੱਥੇ ਗੱਲ ਮੈਨੂੰ ਚੇਤੇ ਆਉਂਦੀ ਆ, ਜਿਹੜੀ ਸ਼ਹਾਦਤ ਆ, ਜੇ ਗੁਰਗੱਦੀ ਤੋਂ ਬਾਅਦ ਜੇ ਕੋਈ ਤੁਹਾਨੂੰ ਪਰਮਾਤਮਾ ਵੱਲੋਂ ਕੋਈ ਬਖਸ਼ਿਸ਼ ਆ ਤਾਂ ਫਿਰ ਉਹ ਸ਼ਹਾਦਤ ਦੀ ਹੈਗੀ ਹੈ, ਭਾਗਾਂ ਵਾਲਿਆਂ ਨੂੰ ਮਿਲਦੀ ਆ। ਜੇ ਕੋਈ ਚਾਹ ਕੇ ਵੀ ਕਹੇ ਵੀ ਮੈਂ ਸ਼ਹੀਦ ਹੋਣਾ, ਸ਼ਹੀਦ ਨੀ ਹੁੰਦਾ। ਬਾਦਲ ਲੜਕਿਆਂ ਨੇ ਬਥੇਰਿਆਂ ਨੇ ਕਿਹਾ ਮੈਂ ਸ਼ਹਾਦਤ ਦੇ ਦੂੰ, ਆਹ ਕਰ ਦੂੰ, ਉਹ ਕਰ ਦੂੰ, ਏਦਾਂ ਨੀ ਹੁੰਦੀ। ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਆ, ਭਾਗਾਂ ਵਾਲਿਆਂ ਨੂੰ ਮਿਲਦੀ ਆ। ਮਾਣ ਆ ਸਾਡੇ ਯੋਧਿਆਂ ਨੇ ਜਿਹੜਾ ਕੌਮ ਦੇ ਮੱਥੇ ਲੱਗਿਆ ਕਲੰਕ ਜਿਹੜਾ ਲਾਇਆ ਸੀਗਾ। ਤੇ ਉੱਥੇ ਇਹ ਵੀ ਖਿਆਲ ਰੱਖਿਆ ਵੀ ਕਿਸੇ ਜਿਹੜਾ ਬੇਸ਼ੱਕ ਉਹਦੇ ਘਰ ਵਾਲੀ ਸੀ ਉਹਦੇ ਗੋਲੀ ਨੀ ਮਾਰੀ, ਉਹਨੂੰ ਕੁਛ ਨੀ ਕਿਹਾ, ਜਿਹੜਾ ਸਿਕਿਉਰਿਟੀ ਵਾਲਾ ਭਰ ਗਿਆ ਉਹਨੂੰ ਕੁਛ ਨੀ ਕਿਹਾ। ਸੋ ਜਿੱਦਾਂ ਮਾਣ ਹੁੰਦਾ ਆ ਜਦੋਂ ਇਹਨਾਂ ਦੀ ਗੱਲ ਕਰਦੇ ਆ। ਧੰਨਵਾਦ ਆ ਤੁਸੀਂ ਅਕਸਰ ਜਿਹੜਾ ਜਦੋਂ ਇਹ ਮੌਕਾ ਆਉਂਦਾ ਤੇ ਗੱਲ ਕਰਦੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਵੱਡੀ ਗੱਲ ਹੈ ਜਦ ਤੁਸੀਂ ਪੜ੍ਹੇ ਹੋ। ਮੈਂ ਚਾਹੁੰਦਾ ਵੀ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਪੜ੍ਹੀਆਂ ਜਾਣ। ਰਜਿੰਦਰ ਸਿੰਘ ਜਿੰਦਾ ਆਉਣਾ, ਦਾਊ ਮਾਜਰਾ ਲਿਖਦਾ ਹੈ, ਕਹਿੰਦਾ ਤਰਕ ਨੀ ਮੰਨਦਾ ਕਿ ਤੱਤੀ ਤਵੀ ਤੇ ਬੈਠ ਕੇ ਵੀ ਕੋਈ ਅਡੋਲ ਰਹਿੰਦਾ। ਤਰਕ ਮੰਨ ਹੀ ਨੀ ਸਕਦਾ ਕਿ ਮਸਤੇ ਹਾਥੀ ਦੇ ਮੱਥੇ ਨੂੰ ਗੁਰੂ ਦੀ ਥਾਪੀ ਦਾ ਸਿਦਕ ਨਾਗਣੀ ਨਾਲ ਪਾਰ ਦਾਖਲ ਪਾੜਾਂ ਕਰਦਾ। ਤਰਕ ਨੀ ਮੰਨਦਾ ਕਿ 1.25 ਲੱਖ ਤੇ ਕੱਲਾ ਵੀ ਚੜ ਕੇ ਜਾਂਦਾ। ਤਰਕ ਨੀ ਮੰਨਦਾ ਕਿ ਕੋਈ ਆਪ ਵੀ ਬੰਦ ਬੰਦ ਕੱਟਣ ਨੂੰ ਕਹਿ ਸਕਦਾ। ਤਰਕ ਕਦ ਮੰਨਦਾ ਕੋਈ ਚਰਖੜੀਆਂ ਤੇ ਹੱਸ ਕੇ ਚੜ ਸਕਦਾ। ਤਰਕ ਤੋਂ ਗਾਹਾਂ ਵੀ ਕੁਛ ਹੋਰ ਹੈ। ਤਰਕਾਂ ਤੋਂ ਸਦੀਆਂ ਗਾਹਾਂ ਲੰਘ ਕੇ ਸਿਦਕਾਂ ਤੇ ਜਜ਼ਬਿਆਂ ਦੇ ਪਿੰਡ ਆਉਂਦੇ ਨੇ, ਜਿੱਥੇ ਸਿਦਕ ਭਰੋਸੇ ਤਵੀਆਂ ਵੀ ਤੱਤੀਆਂ ਨਹੀਂ ਲੱਗਦੀਆਂ, ਜਿੱਥੇ ਸਿਦਕ ਭਰੋਸੇ ਮਸਤੇ ਹਾਥੀ ਬੰਨਿਆ ਜਾਂਦਾ, ਜਿੱਥੇ ਸਭ ਕੁਛ ਵਾਰ ਕੇ ਵੀ ਮਿੱਤਰ ਪਿਆਰੇ ਨੂੰ ਮਰੀਦਾਂ ਦਾ ਹਾਲ ਚੜ੍ਹਦੀ ਕਲਾ ਵਾਲਾ ਦੱਸਿਆ ਜਾਂਦਾ। ਉਹ ਪਿੰਡ ਜਿੱਥੇ ਯੋਧੇ ਫਾਸੀਆਂ ਦੇ ਰੱਸੇ ਵੀ ਬਰਫੀਆਂ ਵੰਡ ਕੇ ਚੁੰਮਦੇ ਆ, ਕਰੋੜ ਸਿਜਦੇ ਆ ਉਹਨਾਂ ਯੋਧਿਆਂ ਨੂੰ। ਦੇਖੋ ਅੱਜ ਕੇ 42 ਮਿੰਟ ਹੋਏ ਆ ਜੀ। ਕਈ ਵਾਰ ਅਸੀਂ ਜਾਣਕਾਰੀ ਦੀ ਕਮੀ ਖਾਤਰ ਪਤਾ ਨੀ ਹੁੰਦਾ ਤੇ ਅਸੀਂ ਕਈ ਵਾਰ ਇਸ ਤਰ੍ਹਾਂ ਕਰਦੇ ਆ ਕਿ ਬਿਨਾਂ ਕੁਛ ਜਾਣੇ ਕਿਸੇ ਦਾ ਮੁਲਾਂਕਣ ਕਰਦੇ ਆ ਕੀ ਅਸੀਂ ਕਿਸੇ ਦੇ ਬਾਰੇ ਕੁਛ ਸੋਚਦੇ ਹਾਂ। ਪਹਿਲੀ ਤਾਂ ਗੱਲ ਇਹ ਹੈ ਵੀ ਜਦ ਇਹਨਾਂ ਕੌਮੀ ਯੋਧਿਆਂ ਦੀ ਆਪਾਂ ਗੱਲ ਕਰਨੀ ਹੈ, ਪਹਿਲਾਂ ਤਾਂ ਇਹ ਹੈ ਵੀ ਅਸੀਂ ਕੋਈ ਚੀਜ਼ ਤੁਸੀਂ ਕਰਦੇ ਹੋ, ਕੁਛ ਵੀ ਸੋਚਦੇ ਹੋ, ਪਹਿਲਾਂ ਤਾਂ ਉਹਦੇ ਲੈਵਲ ਤੇ ਹੋ ਕੇ ਹੀ ਤੁਸੀਂ ਆਪਾਂ ਕੋਈ ਗੱਲ ਕਰਦੇ ਹਾਂ ਨਾ। ਇੱਥੇ ਜ਼ਿੰਦਗੀ ਚ ਜਾਣਾ, ਕੁਛ ਕਰਨਾ, ਕਿਸੇ ਇਕੱਠ ਚ ਜਾਣਾ ਤੇ ਤੁਸੀਂ ਸੋਚਣਾ ਵੀ ਅਸੀਂ ਬੋਲਣਾ ਹੈ ਜਾਂ ਕੋਈ ਗੱਲ ਕਰਨੀ, ਉਹਦੀ ਤਿਆਰੀ ਕਰਦੇ ਹੋ ਨਾ। ਜਦ ਇਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਹੈ ਯੋਧਿਆਂ ਦੇ ਬਾਰੇ, ਤਾਂ ਸਾਨੂੰ ਕੁਛ ਨਾ ਕੁਛ ਇਸ ਤਰੀਕੇ ਤੇ ਜਾ ਕੇ ਆਪਣੇ ਆਪ ਦਾ ਲੈਵਲ ਉਹ ਰੱਖਣਾ ਚਾਹੀਦਾ ਵੀ ਯਾਰ ਅਸੀਂ ਕਿਹਦੇ ਬਾਰੇ ਗੱਲ ਕਰ। ਅਸੀਂ ਆਮ ਕੋਈ ਇਹ ਬਾਤ ਥੋੜਾ ਪਾ ਰਹੇ ਹਾਂ ਰਾਜੇ ਰਸਾਲੂ ਦੀ, ਬਈ ਸਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਅਸੀਂ ਗੱਲ ਕਿਹਦੇ ਬਾਰੇ ਕਰ ਰਹੇ ਹਾਂ ਤੇ ਕਿਵੇਂ ਕਰ ਰਹੇ ਹਾਂ, ਸਾਡੇ ਸ਼ਬਦਾਂ ਦੀ ਚੋਣ ਕੀ ਹੈ। ਤੇ
ਫੋਟੋਆਂ ਉਹਨਾਂ ਦੀਆਂ ਜੇਲ੍ਹ ਦੀਆਂ ਨੇ ਜਿਹੜੀਆਂ, ਉਹਦੇ ਵਿੱਚ ਜਿਹੜੀ ਉਹਨਾਂ ਨੇ ਮੰਗ ਜਾ ਕੇ ਜਾਂ ਕੀਤੀ ਜਾਂ ਜਿਹੜੇ ਅੰਦਰ ਜਾ ਕੇ ਉਹ ਰਹੇ, ਜਿਹੜੇ ਉਹਨਾਂ ਦੇ ਦੋਸਤ ਨੇ ਜਿਹੜੇ ਹਲੇ ਜਿਉਂਦੇ ਨੇ, ਨਿਰਮਲ ਸਿੰਘ ਨਿੰਮਾ ਤੇ ਹੋਰ ਜਿਹੜੇ ਨਾਲ ਰਹੇ ਨੇ, ਆਖਰੀ ਮੁਲਾਕਾਤ ਦੇ ਬਾਰੇ ਵੀ ਉਹ ਕੀ ਕਿਹਾ, ਉਹਨਾਂ ਦਾ ਸੁਨੇਹਾ ਕੀ ਸੀ, ਕਿਹੜੀ ਗੱਲ ਉਹ ਕਹਿੰਦੇ ਰਹੇ? ਕਿ ਮੈਂ ਪੰਜਾਬ ਦੇ ਵਿੱਚ ਤਾਂ ਵਿਚਰਨਾ ਬਹੁਤ ਸੌਖਾ ਸੀ, ਆਪਣੇ ਘਰਾਂ ਦਾ ਪਤਾ ਤੁਹਾਨੂੰ, ਬਾਹਰ ਜਾ ਕੇ ਰਹਿਣਾ ਤੇ ਜਾ ਕੇ ਸਿਰਫ ਤੇ ਸਿਰਫ ਕਹਾਣੀ ਇੱਕੋ ਹੀ ਕਿ ਜਿਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਉਹਨੂੰ ਦੱਸਣਾ ਕਿ ਕੌਮ ਹਲੇ ਜਿਉਂਦੀ ਆ, ਬਸ। ਉਹਨਾਂ ਦੇ ਬਾਰੇ ਬਹੁਤ ਉਹਨਾਂ ਦੇ ਦੋਸਤਾਂ ਨੇ ਲਿਖਿਆ, ਇੰਟਰਵਿਊ ਦਿੱਤੀਆਂ, ਰਣਜੀਤ ਸਿੰਘ ਕੁੱਕੀ ਗਿੱਲ ਨੇ ਵੀ ਦਿੱਤੀ ਇੰਟਰਵਿਊ, ਤੇ ਉਸ ਤੋਂ ਬਾਅਦ ਨਿਰਮਲ ਸਿੰਘ ਨਿੰਮੇ ਉਹਨਾਂ ਨੇ ਜ਼ਿੰਦਗੀ ਨੇ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਦੇ ਵਿੱਚ ਬਹੁਤ ਕੁਛ ਉਹਨਾਂ ਨੇ ਕਲੀਅਰ ਕੀਤਾ, ਕੋਈ ਲੁੱਕ ਲਪੇਟ ਨਹੀਂ ਬਾਹਲਾ ਰੱਖਿਆ, ਜਿਹੜੀ ਲੱਗਦਾ ਹੋਵੇ ਨਾ ਵੀ ਕੁਛ ਲੁੱਕ ਲਪੇਟ ਨਹੀਂ ਇਸ ਤਰ੍ਹਾਂ। ਪਰ ਇਹ ਰੂਹਾਂ ਜਿਹੜੀਆਂ ਕੰਬਣੀ ਛੇੜ ਦਿੰਦੀਆਂ ਨੇ ਵਿਰੋਧੀ ਨੂੰ, ਉਹ ਬੜੀ ਦੁਰਲੱਭ ਜਿਹੀ ਚੀਜ਼ ਹੈ। ਉਹਨਾਂ ਦੇ ਬਾਰੇ ਪੜ੍ਹਨ ਲਈ, ਉਹਨਾਂ ਦੇ ਬਾਰੇ ਗੱਲ ਕਰਨ ਲਈ ਘੱਟੋ ਘੱਟ ਉਸ ਸਮੇਂ ਤਾਂ ਉਹਨਾਂ ਦੇ ਹਿਸਾਬ ਨਾਲ ਸੋਚਣਾ ਚਾਹੀਦਾ। ਰਜਿੰਦਰ ਸਿੰਘ ਜਿੰਦਾ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਤਾਂ ਗਦਲੀ ਹੈ, ਤੁਹਾਨੂੰ ਪਤਾ ਅੰਮ੍ਰਿਤਸਰ ਡਿਸਟ੍ਰਿਕਟ ਨਾਨਕੇ ਜਿਹੜੇ ਰਾਜਸਥਾਨ ਸੀ, ਨਾਨਕਿਆਂ ਦੇ ਮਾਮੇ ਦਾ ਮੁੰਡਾ ਰਾਜਵਿੰਦਰ ਸਿੰਘ ਰਾਜੂ ਸੀ, ਉਹਦਾ ਗਾਹਾਂ ਧਰਮ ਮਿੱਤਰ ਸੀ ਸੁਖਦੇਵ ਸਿੰਘ ਸੁੱਖਾ ਜਿਹੜਾ ਨਾਲ ਰਿਹਾ। ਰਾਜੂ ਵੀ ਜਿਹੜਾ ਮਾਮੇ ਦਾ ਮੁੰਡਾ ਸੀ ਉਹ ਵੀ ਇਸ 84 ਤੋਂ ਬਾਅਦ ਬਦਲਾਅ ਹੋਇਆ, ਪਰ ਸੁਖਦੇਵ ਸਿੰਘ ਸੁੱਖਾ ਦੇ ਨਾਲ ਸੁੱਖਾ ਤੇ ਜਿੰਦਾ ਦੀ ਜਿਹੜੀ ਜੋੜੀ ਹੈ ਉਸਨੇ ਬੜੀ ਜਿਹੜੀ ਅਲੱਗ ਗੱਲ ਕੀਤੀ, ਅਲੱਗ ਕੀਰਤੀ ਮਾਨ ਉਹਨੂੰ ਸਥਾਪਿਤ। ਸਰ ਜਗਮੇਲ ਸਿੰਘ ਜੀ ਲਾਈਨ ਨੰਬਰ 3 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਪਾਸੇ ਤਾਂ ਤੁਸੀਂ ਸਿੰਘ ਸੂਰਮਿਆਂ ਦੀ ਸ਼ਹੀਦੀ ਦੀ ਗੱਲ ਕਰ ਰਹੇ ਹੋ, ਤੇ ਦੂਜੇ ਪਾਸੇ ਉਹ ਜਿਹੜਾ ਬਦਮਾਸ਼ ਪਿਓ ਮਿਨਿਸਟਰ ਬਣਿਆ ਤੇ ਆਪਣੇ ਆਪ ਨੂੰ ਬੜਾ ਸੂਰਮਾ ਤੇ ਬਹਾਦਰ ਕਹਿੰਦਾ ਹੈ, ਤੇ ਉਹਦੇ ਮੁੰਡੇ ਨੇ ਉਹ 4 ਕਿਸਾਨ ਆਪਦੀ ਜੀਪ ਥੱਲੇ ਦੇ ਕੇ ਉਹ ਸ਼ਹੀਦ ਕਰਤੇ, ਤੇ ਉਹ ਕਹਿੰਦਾ ਮੈਂ ਤਾਂ ਆਖੇ ਚਲਾਉਂਦਾ ਨਹੀਂ ਸੀ ਜਦਕਿ ਉਹ ਗੱਡੀ ਚਲਾਉਂਦਾ ਸੀ। ਏਡੂ ਡਰਪੋਕ ਜਿਹੜੇ ਹੈ ਇਹ ਕੋਈ ਹੋਊ, ਇਹਦਾ ਵੀ ਜ਼ਿਕਰ ਕਰਨਾ ਬਣਦਾ। ਬਹੁਤ ਤੁਹਾਡਾ ਧੰਨਵਾਦ। ਸ਼ੇਰਾਂ ਦੀ ਬਾਤ ਪਾਉਂਦੇ ਹੋਈਏ ਤਾਂ ਬਬਰ ਸ਼ੇਰਾਂ ਤੇ ਗਿੱਦੜਾਂ ਦੀ ਕਾਹਦੀ ਗੱਲ ਕਰਨੀ ਹੈ? ਖਾਲਸਾ ਜੀ ਗੱਲ ਮੈਂ ਹੋਰ ਕਰ ਰਿਹਾ, ਜਿਹੜੇ ਕਰਕੇ ਮੁੱਕਰ ਜਾਣ ਉਹਨਾਂ ਦੇ ਉਹ ਧਰਤ ਤੇ ਆਏ ਜਾਂ ਨਾ ਆਏ ਉਹਨਾਂ ਦੀ ਕਿਹੜੀ ਗੱਲ ਹੈ? ਇਹ ਉਹ ਨੇ ਜਿਹੜੇ ਜਿਹਨਾਂ ਨੂੰ ਜੱਜ ਕਹਿੰਦਾ ਛੱਡ ਦੂੰਗਾ ਤੁਸੀਂ ਮੁੱਕਰ ਜਾਓਗਾ, ਨਾ ਨਾ ਮੁੱਕਰਨਾ ਨੀ ਹੈ, ਮੁੱਕਰਨਾ ਕਿਹੜੀ ਗੱਲੋਂ, ਕੀਤਾ ਕਹਿਣਾ। ਉਹ ਕਹਿੰਦਾ ਚੰਗਾ ਹਾਂ ਕਰ ਲਿਓ ਪਰ ਨਾਰੇ ਨਾ ਲਾਇਓ ਅੰਦਰ। ਉਹ ਕਹਿੰਦਾ ਨਾਰੇ ਵੀ ਲਾਉਣੇ ਨੇ, ਜੇਲ੍ਹ ਵੀ ਗੂੰਜੂ ਤੇਰੀ ਅਦਾਲਤ ਵੀ ਗੂੰਜੂ। ਪਹਿਲਾਂ ਜਿਹੜਾ ਲਿਖ ਕੇ ਲਿਆਇਆ 12 ਵਜੇ ਉਹਦੇ ਤੇ ਉਮਰ ਕੈਦ ਸੀ, ਦੁਬਾਰਾ ਜਦ ਫਿਰ ਗਰਜੇ ਅੰਦਰ ਦੁਬਾਰਾ ਫੇਰ ਉਹ ਕਹਿੰਦਾ 5 ਵਜੇ ਦੁਬਾਰਾ ਫੇਰ ਨਵਾਂ ਜਿਹੜਾ ਹੁਕਮ ਲਿਖ ਕੇ ਲਿਆ ਫਾਂਸੀ ਦਾ, ਰੋਇਆ ਤੇ ਫੋਟੋ ਲੈ ਕੇ ਗਿਆ ਘਰ ਦੇ ਵਿੱਚ ਲਾਈ ਹੋਈ ਹੈ। ਇਹ ਆ ਕਹਾਣੀ, ਇਹਨੂੰ ਕਹਿੰਦੇ ਨੇ ਜਜ਼ਬੇ ਜ਼ਿੰਦਗੀ ਦੇ, ਉਹ ਕੀ ਕਰਦੇ ਨੇ। ਮੇਰੇ ਖਿਆਲ ਅਸੀਂ ਕਈ ਵਾਰ ਸਾਨੂੰ ਇਹਨਾਂ ਸ਼ਹੀਦਾਂ ਦੀ ਗੱਲ ਕਰਦੇ ਹੋਏ ਨਾ ਉਹਨਾਂ ਦੀ ਵਿਚਾਰਧਾਰਾ ਤੋਂ ਡਰਨ ਲੱਗਣ ਲੱਗ ਜਾਂਦਾ। ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੀ ਵਿਚਾਰਧਾਰਾ, ਉਹਨਾਂ ਦੀ ਵਿਚਾਰਧਾਰਾ ਨੀ ਹੈ ਕਾਪੀ ਨੂੰ ਦੰਡ ਦੇਣ ਦੀ ਗੱਲ ਜਿਹੜੀ ਕਰਦੇ ਨੇ, ਉਹ ਕਹਿੰਦੇ ਉਹ ਅਖੀਰ ਆ ਸਾਡਾ ਵੀ ਉਹ ਕਰਨਾ ਪਿਆ ਸਭ। ਅਸੀਂ ਕਿਸੇ ਨੂੰ ਮਾਰ ਕੇ ਖੁਸ਼ ਨੀ ਹੈ, ਪਰ ਅਸੀਂ ਕਿਉਂਕਿ ਕੁਛ ਨਾ ਕੁਛ ਕੀਰਤੀ ਮਾਨ ਫਿਰ ਸਥਾਪਿਤ ਕਰਨੇ ਪੈਂਦੇ ਨੇ ਵੀ ਇਹਨੇ ਆਹ ਕੀਤਾ। ਇਹ ਤਾਂ ਦਸਮ ਪਿਤਾ ਨੇ ਵੀ ਕਹਿ ਦਿੱਤਾ ਜੇ ਤੁਹਾਡੇ ਵਸੀਲੇ ਮੁੱਕ ਗਏ ਫਿਰ ਤੁਸੀਂ ਸ੍ਰੀ ਸਾਹਿਬ ਚੱਕਣੇ, ਉਹਦੇ ਤੇ ਗਏ ਚੱਕ ਕੇ ਅਸਲਾ ਗੁਆਂਢ ਦੇ ਵਿੱਚ ਤੁਰਿਆ ਜਾਂਦਾ, ਕੋਈ ਮਾਰਤਾ ਜਿੱਦ ਚ ਮਾਰਤਾ ਬਈਏ ਮਾਰਤੇ ਕਿਤੇ SYL ਵਾਲੇ
ਉੱਠ ਕੇ ਮਾਰਤੇ ਉਹ ਕੁਤੇ ਉਹ ਉਹ ਉਹਨੂੰ ਇਹ ਮੁਲਾਂਕਣ ਤੇ ਇਹਨਾਂ ਨਾਲ ਬਾਜਾਂ ਦੇ ਨਾਲ ਚਿੜਿਆਂ ਦੀ ਗੱਲ ਥੋੜਾ ਹੋ ਸਕਦੀ ਇਹਨਾਂ ਕੌਮੀ ਬੱਦਰਾਂ ਦੀ ਗੱਲ ਕਰਦੇ ਹੋਏ ਬੱਕਰੇ ਦੀ ਥੋੜਾ ਗੱਲ ਹੋ ਸਕਦੀ ਹੈ ਨਾਲ ਵਿਛੜੇ ਖਿਛੜੇ ਦੀ ਇਹ ਗੱਲਾਂ ਕਿਹੜੀਆਂ ਇਹਨਾਂ ਦੇ ਬਰਾਬਰ ਇਹ ਤਾਂ ਹੁਣ ਕਹਾਣੀਆਂ ਕਰਦੇ ਨਾ ਤਰਾਈ ਦਾ ਏਰੀਆ ਪਲੀਏ ਤੋਂ ਲੈ ਕੇ ਲਖੀਮਪੁਰ ਖੀਰੀ ਤੱਕ ਛੱਡਣਾ ਪਊ ਮਿਸਰੇ ਹੋਣੀ ਉੱਥੇ ਜਿਉਂਦੇ ਸੀ ਜਦ ਉੱਥੇ ਜਾ ਕੇ ਰਹਿੰਦੇ ਸੀ ਸੌਂਦੇ ਸੀ ਉਦਣ ਮਿਸਰੇ ਹੋਣੀ ਨੀ ਬੋਲੇ ਹੁਣ ਵੀ ਸਵਾ ਕਦੇ ਆ ਜਾਣਾ ਮਿਸਰੇ ਹੋਣੀ ਹੁਣ ਵੀ ਨੀ ਬੋਲਣੇ ਕਦ ਇਹ ਯਾਦ ਰੱਖ ਲਿਓ ਜਦ ਤੁਸੀਂ ਚੈਲੰਜ ਕਰਦੇ ਹੋ ਕੌਮਾਂ ਨੂੰ ਵੀ ਤੁਹਾਨੂੰ ਉਜਾੜ ਦਿਆਂਗੇ ਇਹ ਨੀ ਉਜੜੇ ਇਹ ਤਾਂ ਮਾਝੇ ਦੇ ਕਹਿਣ ਨੂੰ ਦੋਨੇ ਹੀ ਦੋ ਇੰਟਰਵਿਊਆਂ ਸੁਣਨ ਵਾਲੀਆਂ ਨੇ ਇੱਕ ਬਾਪੂ ਤਰਲੋਕ ਸਿੰਘ ਦੀ ਸ਼ਹੀਦ ਸਤਵੰਤ ਸਿੰਘ ਦੇ ਪਿਤਾ ਜੀ ਦੀ ਇੱਕ ਇਹ ਜਿੱਥੇ ਫਿਰ ਮਜੈਲ ਸਰਦਾਰ ਕਹਿੰਦੇ ਵੀ ਮੈਨੂੰ ਸਾਨੂੰ ਕਿਹਾ ਵੀ ਜੰਕਾਰੇ ਲਾਉਂਦੇ ਜਾਣਾ ਜੰਕਾਰੇ ਜੈਕਾਰਿਆਂ ਨੂੰ ਕਹਿੰਦੇ ਰਹੇ ਰਜਿੰਦਰ ਸਿੰਘ ਇੱਕ ਦੋਸਤ ਜਿਹੜਾ ਹੋਇਆ ਬਹੁਤ ਨੇੜੇ ਦਾ ਸ਼ਹੀਦ ਭਾਈ ਸਤਵੰਤ ਸਿੰਘ ਦਾ ਉਹਦੇ ਕਦੇ ਮੂੰਹੋਂ ਜਵਾਨੀ ਸੁਣਿਓ ਉਹ 6-7 ਸੈਗਮੈਂਟਾਂ ਨੇ 50-50 ਮਿੰਟ ਦੀਆਂ 5-6 ਮਿੰਟ ਦੀਆਂ ਸੁਣਿਓ ਸਹੀ ਵੀ ਕਹਾਣੀਆਂ ਕੀ ਕਿੱਡਾ ਜਜ਼ਬਾ ਕਿੱਡਾ ਹੱਥਾਂ ਵੱਲ ਵੇਖ ਕੇ ਕਹਿੰਦਾ ਜੇ ਨਾ ਵੀ ਚੱਲੀ ਕਿਤੇ ਗੇੜ ਚ ਆ ਗਈ ਨਾ ਹੱਥਾਂ ਨਾਲੇ ਰਗਾਂ ਮਲ ਦੂੰ ਤੁਸੀਂ ਇਹ ਦੇਖੋ ਜਿੱਥੇ ਚੱਪੇ ਚੱਪੇ ਤੇ ਜਿਹੜੇ NSG ਕਮਾਂਡੋ ਜੇ ਵੋ ਖੜੇ ਨੇ ਜਿਹੜਾ ਪਤਾ ਹੀ ਨੀ ਕਿੰਨਾ ਗੋਲੀਆਂ ਕਿੰਨੀਆਂ ਮਾਰਨਗੇ ਪਰ ਇਹਨਾਂ ਨੂੰ ਹੁਣ ਇਹ ਰੂਹਾਂ ਨੂੰ ਉਹ ਕੋਈ ਕਹਾਣੀ ਉਹ ਹੈ ਨੀ ਸੀ ਸਤਵੰਤ ਸਿੰਘ ਹੋਣੀ ਗੁਰੂ ਹਨੂੰਮਾਨ ਦੇ ਅਖਾੜੇ ਚ ਘੁਲ ਲਏ ਭਾਈ ਘਿਓ ਪੀ ਲਿਆ ਦੁੱਧ ਪੀ ਲਿਆ ਐਨ ਜੀਨ ਚੜਵੀ ਪਾ ਲਈ ਤੇ ਸਿਰੇ ਦੀ ਟੀ ਸ਼ਰਟ ਪਾ ਲਈ ਤੇ ਸੋਹਣਾ ਸੁਨੱਖਾ ਗੱਭਰੂ ਕਿੱਧਰੋਂ ਕਿੱਧਰ ਨੂੰ ਗੱਲ ਤੁਰ ਪਈ ਇਹਨਾਂ ਨੇ ਕੀਤਾ ਜਾ ਕੇ ਟੀਕਾ ਥੋੜਾ ਕੋਈ ਲਾਉਂਦਾ 84 ਜਾਂ ਜੂਨ ਹੋਇਆ ਕਿੰਨੇ ਕੁ ਭੱਜਲੇ ਘਰਾਂ ਚੋਂ 2 ਕਰੋੜ ਕੌਮ ਦੱਸਦੀ ਸੀ ਰਾਹ ਇਹਨਾਂ ਨੇ ਉਹ ਕੁਛ ਕੀਤਾ ਜਿਹੜੇ ਆਉਂਦੀਆਂ ਤਵਾਰੀਖਾਂ ਕਦੇ ਜੇ ਅਸੀਂ ਦੇ ਗਏ ਲਿਖ ਕੇ ਵਧੀਆ ਕੁਛ ਜੇ ਰੋਲ ਰਾਲ ਤਾਂ ਵਿੱਚੇ ਹੀ ਤੇ ਕੱਲ ਦੇ 84-85 ਦੇ 86 ਦੇ 88 ਦੇ ਜੰਮੇ ਹੋਏ ਉੱਥੇ ਆਪਣੀ ਰੇਟਿੰਗ ਬਣਾਉਣ ਵਾਲੇ ਚੈਨਲ ਵਾਲਿਆਂ ਨੂੰ ਕੀ ਪਤਾ ਅੱਛਾ ਜੀ ਫਿਰ ਐਂ ਕਿਵੇਂ ਹੋਇਆ ਅੱਛਾ ਇਸ ਤਰ੍ਹਾਂ ਹੋਇਆ ਫਿਰ ਉਹ ਜੀ ਨਸਲ ਇੱਥੇ ਵੀ ਬਰੀਡ ਹੈਗੀ ਆ ਉਹਨਾਂ ਨੂੰ ਕੀ ਉਹਨਾਂ ਦਾ ਮੁਲਾਂਕਣ ਪਿੱਛੇ ਜੇ ਸਰਦਾਰ ਅਜਮੇਰ ਸਿੰਘ ਨੇ ਕਿਹਾ ਤੁਸੀਂ ਗੱਲ ਕਿਹਨਾਂ ਦੀ ਕਰ ਰਹੇ ਹੋ ਤੁਹਾਡਾ ਲੈਵਲ ਹੈ ਗੱਲ ਕਰਨ ਦੀ ਉਹਨਾਂ ਦੇ ਜਿਹਨਾਂ ਨੇ ਜ਼ਿੰਦਗੀਆਂ ਲਾਈਆਂ ਨੇ ਇੱਥੇ ਵੀ ਬੜੀਆਂ ਗੱਲਾਂ ਚੱਲਦੀਆਂ ਨੇ ਜਿਹਨਾਂ ਦੇ ਨਾਲ ਪੜ੍ਹੋ ਸਾਡੇ ਨਾਲ ਪੜ੍ਹੇ ਰਹੇ ਨੇ ਪੜ੍ਹਦੇ ਰਹੇ ਨੇ ਅਸੀਂ ਨੇੜਿਓਂ ਦੇਖਿਆ ਕੀ ਦੇਖਿਆ ਯਾਰ ਨੇੜਿਓਂ ਤੁਸੀਂ ਕੀ ਦੇਖਿਆ ਉਹਨਾਂ ਦਾ ਨੇੜਿਓ ਤੁਸੀਂ ਦੇਖਿਆ ਵੀ ਤੁਸੀਂ ਉਹਨਾਂ ਜੂਠੇ ਚਾਹ ਦੀਆਂ 2 ਘੁੱਟਾਂ ਪੀਤੀਆਂ ਜਿਵੇਂ ਸਾਂਝੀ ਉੱਥੇ ਪਾਉਂਦੇ ਸੀ ਤੁਸੀਂ ਕਿਤੇ ਐ ਬੋਲ ਸਕਦੇ ਹੋ ਉਹ ਪੱਗ ਬਹੁਤ ਵਧੀਆ ਬੰਨਦਾ ਸੀ ਊਂ ਵੀ ਥੋੜਾ ਜਿਹਾ ਨਖਰਾ ਵਾਲਾ ਸੀ ਸ਼ਹੀਦਾਂ ਨੂੰ ਇਹ ਗੱਲਾਂ ਕਰ ਇਹ ਜਿਹੜੀ ਅਸਲ ਵਿਲੱਖਣਤਾ ਦੇਖੋ ਐਨਕਾਊਂਟਰ ਹੋ ਗਏ ਉਹ ਇੱਕ ਅਲੱਗ ਸ਼ਹੀਦੀਆਂ ਜਿਹੜੀਆਂ ਆਪ ਤੁਰਨਾ ਫਾਂਸੀ ਦੇ ਤਖਤੇ ਵੱਲ ਨੂੰ ਤੇ ਮਠਿਆਈਆਂ ਵੰਡਣੀਆਂ ਰਾਸ਼ਟਰਪਤੀ ਨੂੰ ਚਿੱਠੀਆਂ ਲਿਖਣੀਆਂ ਮਰਵਾਹੇ ਦੀਆਂ ਇੰਟਰਵਿਊਆਂ ਨੇ ਉਹਨਾਂ ਨੂੰ ਦੱਸਣਾ ਤੇ ਆਜ਼ਾਦ ਵੇਲੇ ਕੌਮ ਨੂੰ ਕਹਿ ਕੇ ਜਾਣਾ ਉਹ ਇਕੱਠੇ ਰਹੋ ਮਿੰਨਤ ਕਰਦੇ ਤੇ ਚੱਲੇ ਪਰ ਕੌਮ ਮੇਰੀ ਇਕੱਠੀ ਰਹੇ ਇਹੋ ਜਿਹੀਆਂ ਗੱਲਾਂ ਕਰਨੀਆਂ ਇਹ ਇੱਥੇ ਮਾੜੀ ਜਿਹੀ ਬਿਮਾਰੀ ਹੋ ਜਾਵੇ ਕੈਂਸਰ ਹੋ ਜਾਵੇ ਕੋਈ ਹੋ ਜਾਵੇ ਬੰਦੇ ਨੇ 20 ਦਿਨ ਰਹਿਣਾ 10 ਦਿਨ ਹੀ ਰਹਿੰਦਾ ਉਹ ਉਹਨੂੰ ਦੱਸ ਦੇਵੇ ਵੀ ਇਹ ਤਾਂ ਲਾ ਇਲਾਜ ਆ ਇੱਧਰ ਕਹਿ ਇਹ ਹੈ ਨਾ ਵੀ ਲਿਖਦੇ ਯਾਰ ਅਸੀਂ ਨੀ ਜਿਉਣਾ ਹੈ ਚੱਲੇ ਅਸੀਂ ਜਾਣ ਦੇ ਸੁਨੇਹੇ ਆਹ ਦੇ ਦਿਓ ਆਹ ਦੱਸ ਦਿਓ ਆਹ ਕਰ ਦਿਓ ਥਰਮਸ ਦੀਆਂ ਬੋਤਲ ਦੇ ਢੱਕਣਾਂ ਦੇ ਵਿੱਚ ਲਿਖਾ ਲਿਖ ਕੇ ਚਿੱਠੀਆਂ ਚੋਰੀ ਭੇਜੀਆਂ ਵੀ ਬਾਹਰ ਦੱਸ ਦਿਓ ਕੌਮ ਇਸ ਤਰ੍ਹਾਂ ਕਰੇ ਅਸੀਂ ਤਾਂ ਚੱਲੇ ਆਹ ਹੋ ਜਾਵੇ ਆਹ ਹੋ ਉਹ ਕਿੱਥੇ ਜਾਣਾ ਉਹਨਾਂ ਨੇ ਰੂਹਾਂ ਕਿਤੇ ਜਾਣੀਆਂ ਨੇ ਇਹੋ ਜਿਹੀਆਂ ਜਿਹੜੀਆਂ ਭਰੋਸਾਈਆਂ ਨੇ ਉਹ ਚ ਸੁਨੇਹਾ ਮਨੁੱਖਤਾ ਦਾ ਜਿਹੜਾ ਇੱਕ ਹੈ ਕਿ ਅਸੀਂ ਘੱਟੋ ਘੱਟ ਧੱਕੇ ਆ ਜਿਹੜਾ ਹੁੰਦਾ ਉਹਦੇ ਖਿਲਾਫ ਆਵਾਜ਼ ਤਾਂ ਬੁਲੰਦ ਕਰੀਏ ਹੋਰ ਤਾਂ ਚਲੋ ਆਪਾਂ ਕੀ ਕਰਨਾ ਆਪਣਾ ਤਾਂ ਪ੍ਰਸ਼ਾਦਾ ਸ਼ਗਨ ਤੇ ਡਿਊਟੀ ਲੱਗੀ ਹੋਈ ਆ ਉਹ ਆਪਾਂ ਪਾੜ ਦੇਣਾ ਤੇ ਬਾਕੀ ਇਹ ਆ ਵੀ ਚਲੋ ਥੋੜੀ ਬਹੁਤੀ ਉਹਨਾਂ ਦਾ ਦਿਨ ਜਦ ਆਉਂਦਾ ਉਹਨਾਂ ਦੀ ਗੱਲ ਕਰ ਲਈਏ ਤੇ ਉਹਨਾਂ ਦਾ ਸੁਨੇਹਾ ਹੀ ਪੜ੍ਹ ਲਈਏ ਸੁਣ ਲਈਏ ਹੁਣ ਤਾਂ ਯੂਟਿਊਬ ਤੇ ਬਹੁਤ ਕੁਛ ਪਿਆ ਪਤਾ ਤਾਂ ਲੱਗੇ ਅਸੀਂ ਕਿਹਦੀ ਗੱਲ ਕਰਦੇ ਧੰਨਵਾਦ ਜੀ ਜਿੰਨੇ ਵੀ ਸ਼ਬਦ
ਉਹਨਾਂ ਲਈ ਉਹਨਾਂ ਦੇ ਸਤਿਕਾਰ ਚ ਬੋਲ ਚੁੱਕੇ, ਕੋਸ਼ਿਸ਼ ਕੀਤੀ ਹੈ ਵਧੀਆ ਬੋਲਣ, ਨਾ ਵਧੀਆ ਬੋਲਿਆ ਗਿਆ, ਹੁਣ ਮਾਫ਼ੀ ਅਖੀਰ ਚ ਉਹਨਾਂ ਨੂੰ ਯਾਦ ਕਰਦੀ ਇੱਕ ਵਿਛੜੀ, ਰੱਬ ਰਾਖਾ।